ਬਿੰਦ ਅਰੇ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈ ਅਮਰਤ ਗਿਆਨ ਹੈ ਮਾਨਕ ਭਗਤ ਵਾਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂਕਾਰ ਅਨੁraag ਜਿਸ ਜੈਨੋ ਪਜਨ ਨਾਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤੇ ਖਾਲਸਾ ਦਰਸ ਪਰ ਸਿਮਟੇ ਸੋਗ ਆਤਮ ਰਸ ਜੋ ਜਾਣਹੀ ਸੋਹਾ ਖਾਲਸ ਦੇਵ ਤਬ ਮੈ ਮੋ ਮਾ ਤਾਸਮ ਰੰਚਕ ਨਾਹਨ ਭੇਵ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮੈਂ ਮਾ ਜੋਤਿ ਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜੋਤ ਜੀਤ ਆਏ ਜਬੇ ਟਿਕੇ ਨਤਨਪੁਰ ਪਾਵ ਦੇਨ ਜਿ ਸੂਚ ਕਰਾਏ ਗੁਰ ਤਜਿਓ ਪਾਪੇ ਟਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਨ ਕੇ ਭਾਗ ਵਡੇ ਹੈ ਪਾਈ ਤਿੰਨ ਸਾਧੂ ਸੰਗ ਮੁਖ ਜੁਰੇ ਆਪ ਜੀ ਅਤਿਅੰਤ ਵਡ ਭਾਗੇ ਹੋ ਜੋ ਸਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਸੁਭਾਏ ਮਾਨ ਹੋ ਕਰਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਵੰਸਦਾਨੀ ਸ਼ਮਸ਼ੇਰ ਬਹਾਦਰ ਦੇਖ ਤੇਖ ਦੇ ਧਨੀ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰ ਰਹੇ ਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਪੌਂਟਾ ਸਾਹਿਬ ਜੀ ਦੀ ਧਰਤੀ ਤੇ ਚਾਰ ਸਾਲ ਬੇਅੰਤ ਅਸਚਰਜ ਕੌਤਕ ਕੀਤੇ ਹਨ ਮਹਾਰਾਜ ਸੱਚੇ ਬਾਦਸ਼ਾਹ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ ਦੇਸ ਚਾਲ ਹਮ ਤੇ ਪੁਨ ਪਈ ਸ਼ਹਿਰ ਪਾਵਟਾ ਕੀ ਸੁਧ ਲਈ ਮਹਾਰਾਜ ਪੌਂਟੇ ਸਾਹਿਬ ਵਿਚ ਰਾਜਮਾਨ ਕੇ ਬਿਰਾਜਮਾਨ ਹੋ ਕੇ ਬਾਤ ਬਾਤ ਬਨ ਖੇਲ ਸ਼ਿਕਾਰਾ ਮਾਰੇ ਰੋਜ ਦੀਛ ਚੰਖਾਰਾ ਤੈਂ ਕਿ ਸਿੰਘ ਕਨੇ ਚੁਣ ਮਾਰੇ ਰੋਜ ਦੀਛ ਉਹ ਬਾਤ ਬਿਦਾਰੇ ਸੱਚੇ ਪਾਤਸ਼ਾਹ ਨੇ ਬੇਅੰਤ ਕੌਤਕ ਉਥੇ ਕੀਤੇ ਹਨ ਔਰ ਉਥੇ ਹੀ ਆਪਣੇ ਜੀਵਨ ਦਾ ਪਹਿਲਾ ਜੁੱਧ ਸੱਚੇ ਪਾਤਸ਼ਾਹ ਜੀ ਨੇ ਭੰਗਾਣੀ ਦਾ ਜੰਗ ਕੀਤਾ ਹੈ ਜਿਹਦੇ ਵਿੱਚ ਰਾਜਾ ਫਤੇਸ਼ਾ ਕਾਰਨ ਹੀ ਆਪਣੇ ਕੁੜਮ ਭੀਮ ਚੰਦ ਦੇ ਆਖੇ ਲੱਗ ਕੇ ਗੁਰੂ ਘਰ ਦਾ ਵੈਰੀ ਬਣ ਗਿਆ ਫਤੇਸ਼ਾ ਕੋਪਾ ਤਵ ਰਾਜਾ ਲੋਹ ਪਰਾ ਹਮਸੋਂ ਬਿਨ ਕਾਜਾ ਮੇਰਾ प्रयोजन ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਉਸਨੇ ਵੈਰ ਵਿਰੋਧ ਕੀਤਾ ਹੈ ਸੋ ਸਾਧ ਸੰਗਤ ਜੀ ਉਸ ਜੰਗ ਨੂੰ ਫਤਿਹ ਕਰਨ ਤੋਂ ਬਾਅਦ ਗੁਰੂ ਕੇ ਸਿੱਖਾਂ ਦੇ ਉਤਸ਼ਾਹ ਬਹੁਤ ਜ਼ਿਆਦਾ ਵਧ ਗਏ ਮਾਰ ਬੁਕਾਰਾ ਕਰਦੇ ਮਹਾਰਾਜ ਤੂੰ ਆ ਗਿਆ ਮੰਗਦੇ ਸੱਚੇ ਪਾਤਸ਼ਾਹ ਹੁਣ ਦੇਰੀ ਨਾ ਲਾਓ ਸਾਨੂੰ ਹੁਕਮ ਦਿਓ ਇਹਨਾਂ 22 ਧਾਰ ਦੇ ਰਾਜਾਂ ਨੂੰ ਸੋਤ ਕੇ ਫਿਰ ਦਿੱਲੀ ਲਾਹੌਰ ਤੇ ਵੀ ਕਬਜ਼ਾ ਕਰ ਲਈਏ ਸਾਰੇ ਮੁਲਕ ਦੇ ਉੱਤੇ ਸੱਚ ਦਾ ਧਰਮ ਦਾ ਰਾਜ ਕਾਇਮ ਕਰ ਦਈਏ ਕਿਉਂਕਿ ਸਦੀਆਂ ਤੋਂ ਭਾਰਤ ਵਾਸੀ ਲੋਕ Hindu ਲੋਕ ਮਜਲੂਮ ਹੋ ਕੇ ਇਹਨਾਂ ਜ਼ਾਲਿਮਾਂ ਦਾ ਜ਼ੁਲਮ ਸਹ ਰਏ ਸਨ ਤੇ ਉਹ ਜ਼ੁਲਮ ਸਹ ਸਹ ਕੇ ਤੰਗ ਆ ਚੁੱਕੇ ਸਨ ਕੋਈ ਲੀਡਰ ਕੋਈ ਆਗੂ 700 ਸਾਲ ਵਿੱਚ ਐਸਾ ਮਿਲਿਆ ਨਹੀਂ ਸੀ ਜਿਹੜਾ ਮਜਲੂਮਾਂ ਦੀ ਬਾਹ ਫੜਦਾ ਜਿਹੜਾ ਉਹਨਾਂ ਨੂੰ ਲੀਡ ਕਰਦਾ ਇਹ ਅਕਾਲ ਪੁਰਖ ਪਰਮੇਸ਼ਰ ਦੀ ਮਹਾ ਸ਼ਕਤੀ दुष्ट दामन श्री हेमकुंद साहिब जी ਤੋਂ ਕਾਲਪੁਰਖ ਨੇ ਭੇਜੇ ਹਨ ਜਿਨ੍ਹਾਂ ਨੇ ਆ ਕੇ ਭਾਰਤ ਵਾਸੀਆਂ ਦੀ ਬਾਹ ਫੜੀ ਉਹਨਾਂ ਦੇ ਅੰਦਰ ਅਣਖ ਤੇ ਗੈਰਤ ਦਾ ਬੀਜ ਬੀਜਿਆ ਜਾਲਮਾਂ ਪਾਪੀਆਂ ਦੁਸ਼ਟਾਂ ਦੀ ਜੜ ਪੁੱਟਣ ਲਈ ਆਏ ਧਰਮ ਚਲਾਵਨ ਸੰਤ ਉਬਾਰਣ ਦੁਸ਼ਟ ਸਭਨ ਕੋ ਮੂਲ ਉਪਾਰਣ ਦੁਸ਼ਟਾਂ ਦੀ ਜੜ ਪੁੱਟਣ ਲਈ ਯਾਹੀ ਕਾਜ ਤਰਾਹਮ ਜਨਮ ਮਾਰੇ ਕਹਿੰਦੇ ਇਸ ਕੰਮ ਲਈ ਅਸੀਂ ਜਨਮ ਲਿਆ ਹੈ ਸਮਝ ਲਿਓ ਸਾਧੂ ਸਭ ਮਨ ਨੂੰ ਸੋ ਸੱਚੇ ਪਾਤਸ਼ਾਹ ਜੀ ਨੇ ਜੰਗ ਫਤਿਹ ਕਰ ਲਿਆ ਤੇ ਨੌਜਵਾਨਾਂ ਸੂਰਬੀਰ ਜੋਧਿਆਂ ਦਾ ਉਤਸ਼ਾਹ ਠਾਠਾ ਮਾਰਦਾ ਵੇਖ ਕੇ ਉਹਨਾਂ ਨੂੰ ਧੀਰਜ ਦਿੱਤਾ ਕਿ ਖਾਲਸਾ ਜੀ ਅਜੇ ਸਮਾਂ ਨਹੀਂ ਹੈ ਥੋੜਾ ਸਮਾਂ ਉਡੀਕ ਕਰੋ ਦਿੱਲੀ ਵੀ ਤੁਹਾਡੀ ਹੋਵੇਗੀ ਲਾਹੌਰ ਵੀ ਤੁਹਾਡਾ ਹੋਵੇਗਾ ਸਾਰੀ ਸ੍ਰਿਸ਼ਟੀ ਤੇ ਜਿੱਥੇ ਤੱਕ ਸੂਰਜ ਚੜ੍ਹਦਾ ਤੇ ਛਿਪਦਾ ਹੈ ਮਾਰੇ ਕਹਿੰਦੇ ਸੱਚ ਧਰਮ ਦਾ ਰਾਜ ਹੋਵੇਗਾ ਐਸਾ ਰਾਜ ਹੋਵੇਗਾ ਸਕਲ ਜਗਤ ਪਰ ਜਾ ਸੁਖੀ ਹੋਏ ਬਿਰਾਜੈ ਸਾਰੀ ਸ੍ਰਿਸ਼ਟੀ ਸੁਖੀ ਹੋਵੇਗੀ ਸਾਰਾ ਸੰਸਾਰ ਸੁਖੀ ਹੋਵੇਗਾ ਕਿਸੇ ਨੂੰ ਕੋਈ ਦੁੱਖ ਕਲੇਸ਼ ਨਹੀਂ ਰਹੇਗਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਸ ਜੰਗ ਤੋਂ ਬਾਅਦ ਸ੍ਰੀ ਪੋਟਾ ਸਾਹਿਬ ਤੋਂ ਚਾਲੇ ਪਾ ਦਿੱਤੇ ਸਨ ਆਪ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਜੁਦ ਜੀਤ ਆਏ ਜਬੈ ਤੇ ਕਹਿਣਾ ਤਿੰਨ ਪੁਰ ਪਾਮ ਇਹੀ ਪੰਗਤੀ ਕਵੀ ਜੀ ਨੇ ਇਸ ਅਧਿਆਏ ਦੂਜੀ ਰੁੱਤ ਦਾ ਜੋ 33ਵਾਂ ਅਧਿਆਏ ਹੈ ਉਹਦੇ ਆਰੰਭ ਵਿੱਚ ਇੱਕ ਪੰਗਤੀ ਲਿਖੀ ਹੈ ਅਗਲੀ ਪੰਗਤੀ ਉਹਨਾਂ ਨੇ ਆਪਣੇ ਵੱਲੋਂ ਲਿਖੀ ਹੈ ਪਰ ਦਸਵੇਂ ਪਾਤਸ਼ਾਹ ਦੀ ਜੋ ਪੰਗਤੀ ਹੈ ਉਹ ਹੈ ਕਹਲੂਰ ਮੇ ਬਾਂਦਿਓ ਆਨ ਆਨੰਦਪੁਰ ਗਾਉ ਜੋ ਕਹਲੂਰ ਦੀ ਧਰਤੀ ਰਿਆਸਤ ਕਹਲੂਰ ਦੇ ਵਿੱਚ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਨਗਰ ਵਸਾਇਆ ਸੀ ਉਸ ਨਗਰ ਨੂੰ ਆ ਕੇ ਦੁਬਾਰਾ ਰੌਣਕਾਂ ਦਿੱਤੀਆਂ ਕਲਗੀਧਰ ਜੀ ਨੇ ਉਹ ਕਥਾ ਹੁਣ ਆਰੰਭ ਹੋ ਰਹੀ ਹੈ ਕਿਸ ਤਰ੍ਹਾਂ ਮਹਾਰਾਜ ਪੜਾਉਂ ਪੜਾਈ ਪਿੰਡਾਂ ਸ਼ਹਿਰਾਂ ਨਗਰਾਂ ਨੂੰ ਤਾਰਦੇ ਹੋਏ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰ ਰਹੇ ਨੇ ਉਹ ਕਥਾ ਅੱਜ ਦੇ ਪ੍ਰਕਰਣ ਵਿੱਚ ਸਰਵਣ ਕਰੀਏ ਤਿਆਰੀਆਂ ਹੋ ਚੁੱਕੀਆਂ ਮਹਾਰਾਜ ਸਾਜੋ ਸਵਾਨ ਲੱਦ ਕੇ ਚੱਲ ਪਏ ਇਹ ਪ੍ਰਸੰਗ ਆਪਾਂ ਪਿਛਲੇ ਪ੍ਰਕਰਣ ਵਿੱਚ ਸਰਵਣ ਕੀਤਾ ਸੀ ਇਸ ਤੋਂ ਅਗਲੀ ਕਥਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਸਰਵਣ ਕਰੀਏ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜਦ ਜਿਤ ਆਏ ਜਬੇ ਟਕੇ ਨ ਤੈਨ ਪਰ ਪਾਪ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਆਪਣੀ ਬਾਣੀ ਦੀ ਇਹ ਪੰਕਤੀ ਹੈ ਸਤਿਗੁਰੂ ਜੀ ਦੀ ਸ੍ਰੀ 75 ਨਾਟਕ ਦੇ ਵਿੱਚ ਲਿਖਿਆ ਜੁਧ ਜੀਤ ਆਏ ਜਵੈ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪੰਗਾਣੀ ਦਾ ਜੰਗ ਜਿੱਤਿਆ ਹਰੀ ਚੰਦ ਵਰਕੇ ਇਨਜਾਬਤ ਖਾਂ ਹਿਆਤ ਖਾਂ ਪੀਖਨ ਖਾਂ ਵਰਕੇ ਪਾਪੀਆਂ ਨੂੰ ਜਮ ਲੋਕ ਭੇਜਿਆ ਜੁਧ ਫਤਿਹ ਕਰਕੇ ਸ੍ਰੀ ਪੌਂਟਾ ਸਭ ਵਾਪਸ ਆਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਹਿਬ ਜਾਦੇ ਦੇ ਜਨਮ ਦੀ ਖੁਸ਼ੀ ਦੀ ਵਧਾਈ ਵੀ ਮਿਲੀ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਬਿਆੰਤ ਸ਼ਕਤੀ ਦੇ ਕੇ ਅਕਾਲ ਪੁਰਖ ਨੇ ਭੇਜਿਆ ਦਸਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਉਹਨਾਂ ਮਹਾਪੁਰਸ਼ਾਂ ਦਾ ਜਨਮ ਵੀ ਹੋਇਆ ਤੇ ਇਹ ਖੁਸ਼ੀਆਂ ਲੈ ਕੇ ਇਥੋਂ ਚਾਲੇ ਬਾਣ ਲੱਗੇ ਹਨ ਜੁਦ ਜੀਤ ਆਏ ਜਬਾ ਜਗ ਜੰਗ ਜਿੱਤ ਕੇ ਆਏ ਹਨ ਟਿਕੇ ਨਾ ਤਿੰਨ ਪੁਰ ਪਾਉ ਫਿਰ ਉਥੇ ਸੂਰਮਿਆਂ ਦਾ ਯੋਧਿਆਂ ਦਾ ਕਹਿੰਦੇ ਪੈਰ ਨਹੀਂ ਟਿਕਦਾ ਸੀਗਾ ਉਹ ਕਹਿੰਦੇ ਸੀ ਹੁਣ ਮਾਰਾ ਬੁਕਾਰਾ ਕਰੀਏ ਦਿੱਲੀ ਲੁੱਟੀਏ ਲਾਹੌਰ ਲੁੱਟੀਏ ਸਾਰੀ ਧਰਤੀ ਤੇ ਸੱਚ ਧਰਮ ਦਾ ਝੰਡਾ ਕਾਇਮ ਕਰੀਏ ਜ਼ਾਲਮਾਂ ਪਾਪੀਆਂ ਦਾ ਰਾਜ ਨਸ਼ਟ ਕਰੀਏ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੂਰ ਅੰਦੇਸੀ ਨਾਲ ਇਹ ਵਿਚਾਰ ਰਹੇ ਸਨ ਜੇ ਇੱਕੋ ਵਾਰੀ ਸਾਰੇ ਦੁਸ਼ਟਾਂ ਨੂੰ ਖਤਮ ਕਰਤਾ ਫਿਰ ਜੁੱਧ ਕਿਹਦੇ ਨਾਲ ਕਰਾਂਗੇ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੁੱਧ ਦਾ ਅਖਾੜਾ ਰਚਿਆ ਹੈ ਜਿਨ੍ਹਾਂ ਸੂਰਮਿਆਂ ਨੂੰ ਸਾਥ ਸੰਗਤ ਜੀ ਇਸ ਖੇਡ ਦਾ ਸ਼ੌਂਕ ਪੈ ਜਾਂਦਾ ਹੈ ਜਿਵੇਂ ਕਿਸੇ ਨੂੰ ਕਿਸੇ ਚੀਜ਼ ਦਾ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਹੈ ਜਿਹੜੇ ਸਤਰੰਜ ਖੇਡਦੇ ਹਨ ਉਹ ਸਤਰੰਜ ਦੀ ਬਾਜ਼ੀ ਲਾਈ ਜਾਂਦੇ ਲਾਈ ਜਾਂਦੇ ਜਿਹੜੇ ਤਾਸ਼ ਖੇਡਦੇ ਆ ਉਹ ਤਾਸ਼ ਦੀ ਬਾਜ਼ੀ ਲਾਈ ਜਾਂਦੇ ਹਟਦੇ ਹੀ ਨਹੀਂ ਇਸੇ ਤਰ੍ਹਾਂ ਜਿਹੜੇ ਜੁੱਧ ਦੇ ਸੂਰਬੀਰ ਯੋਧੇ ਖਿਡਾਰੀ ਹੁੰਦੇ ਹਨ ਉਹਨਾਂ ਲੰਮੇ ਸਮੇਂ ਲਈ ਜੁੱਦ ਕਰਨਾ ਲੋਚਦੇ ਹਨ ਜੁੱਦ ਕਰ ਕਰਕੇ ਰੱਜਦੇ ਨਹੀਂ ਮਹਾਰਾਜ ਕਹਿੰਦੇ ਜੇ ਪਹਿਲੇ ਹੱਲੇ ਹੀ ਮੂਰਚਾ ਫਤਿਹ ਕਰਤਾ ਤੇ ਫਿਰ ਆਉਣ ਵਾਲੇ ਸੂਰਮੇ ਜੋਧਿਆਂ ਨੂੰ ਮੌਕਾ ਨਹੀਂ ਮਿਲਣਾ ਇਸ ਕਰਕੇ ਸਤਗੁਰੂ ਜੀ ਨੇ ਆਪਣੇ ਸੂਰਬੀਆਂ ਨੂੰ ਹੌਸਲਾ ਦਿੱਤਾ ਤੇ ਉਥੋਂ ਸ੍ਰੀ ਆਨੰਦਪੁਰ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਹੈ ਜੀ ਇਸ ਕੂਚ ਕਰਾਏ ਗੁਰ ਤਜਿਉ ਪਾਪ ਟਾਥਾਬ ਮਹਾਰਾਜ ਨੇ ਪੌਂਟਾ ਸਾਹਿਬ ਤੋਂ ਕੂਚ ਕੀਤਾ ਹੈ ਸ੍ਰੀ ਪੌਂਟਾ ਸਾਹਿਬ ਦੀ ਉਹ ਪਵਿੱਤਰ ਰਮਣੀਕ ਧਰਤੀ ਤੋਂ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਆਨੰਦਦਾਇਕ ਪਵਿੱਤਰ ਧਰਤੀ ਵੱਲ ਚਾਲੇ ਪਾਏ ਹਨ ਕਿਸਾਨੀ ਸੰਧ ਸੈਨ ਸਹਤ ਗੁਰ ਸਿਤ ਕਰੇ ਡੇਰਾ ਲਦਵਾਇਓ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਫੌਜ ਸਮੇਤ ਆਪਣੀ ਸੈਨਾ ਸਮੇਤ ਗੁਰੂ ਕੇ ਖਾਲਸੇ ਦਾ ਦਲ ਲੈ ਕੇ ਆਪਣਾ ਸਾਰਾ ਡੇਰਾ ਸਾਜੋ-ਸਮਾਨ, ਗੱਡਿਆਂ ਤੇ ਰੇੜਿਆਂ ਤੇ ਊਠਾਂ ਤੇ ਖੱਤਰਾਂ ਤੇ ਲਦਵਾ ਲਿਆ ਹੈ ਸਨੇ ਸਨੇ ਸਭ ਚਲ ਪਰੇ ਨੀਕੇ ਲਖ ਪਾਇਓ ਔਰ ਸੈਜੇ ਸੈਜੇ ਸਾਧ ਸੰਗਤ ਜੀ ਸਾਰੇ ਸ੍ਰੀ ਅਨੰਦਪੁਰ ਸਾਹਿਬ ਵੱਲ ਚੱਲ ਪਏ ਨੇ ਸਾਰਿਆਂ ਨੂੰ ਖੁਸ਼ੀ ਹੈ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਾਂਗੇ ਆਪਣੀ ਪਾਵਨ ਪਵਿੱਤਰ ਧਰਤੀ ਸ੍ਰੀ ਆਨੰਦਪੁਰ ਸਾਹਿਬ ਦਾ ਆਨੰਦ ਮਾਣਾਂਗੇ ਕੀਰਤਪੁਰ ਸਾਹਿਬ ਦੇ ਦਰਸ਼ਨ ਕਰਾਂਗੇ ਆਪਣੇ ਸਮੇਂ ਤੋਂ ਬਹੁਤ ਸਿਰਾਂ ਤੋਂ ਵਿਛੜੀਆਂ ਹੋਈਆਂ ਸੰਗਤਾਂ ਨੂੰ ਮਿਲਾਂਗੇ ਇਹ ਸ਼ੌਂਕ ਨਾਲ ਸੰਗਤਾਂ ਗੁਰੂ ਸਾਹਿਬ ਜੀ ਦੇ ਮਾਤਾ ਮਾਤਾ ਗੁਜਰੀ ਜੀ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਖੁਸ਼ੀ ਨਾਲ ਚੱਲ ਪਏ ਹਨ ਭੇ ਪ੍ਰਭੂ ਅਸਵਾਰ ਤਬ ਰਣਜੀਤ ਨਗਾਰਾ ਮਹਾਰਾਜ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਹਨ ਤੇ ਰਣਜੀਤ ਨਗਾਰੇ ਤੇ ਦੋਰੀਆਂ ਚੋਬਾਂ ਲਗੀਆਂ ਹਨ ਬਾਜ ਉਠਿਓ ਬੜ ਬੰਬ ਜਤੇ ਨਿਹੇ ਸ਼ਬਦ ਫਸਾਰਾ ਕਹਿੰਦੇ ਆਪਣੀ ਗੰਭੀਰ ਧੁਨੀ ਦੇ ਨਾਲ ਰਣਜੀਤ ਨਗਾਰਾ ਬਾਜ ਉਠਿਆ ਹੈ ਜੇਦੀ ਆਵਾਜ਼ ਬਾਈ ਧਾਰ ਦੀਆਂ ਪਹਾੜੀਆਂ ਚ ਗੂੰਜਦੀ ਹੈ ਗਿਰਗਰ ਮਹਿ ਪ੍ਰਤ ਤਨ ਉਠੀ ਕੰਪੇ ਗਿਰਨਾ تھا ਕਹਿੰਦੇ ਜਿੰਨੇ ਬਾਈ ਧਾਰ ਦੇ ਪਹਾੜ ਹਨ ਉਹਨਾਂ ਵਿੱਚ ਕਲਗੀਧਰ ਪਾਤਸ਼ਾਹ ਦਾ ਰਣਜੀਤ ਨਗਾਰਾ ਵੱਜਦਾ ਜਾ ਰਿਹਾ ਹੈ ਤੇ ਬਾਈ ਧਾਰ ਦੇ ਰਾਜੇ ਸੁਣ ਸੁਣ ਕੇ ਕੰਬੁੱਠੇ ਹਨ ਗੁਰੂ ਛਟਾਏ ਨਰਾਜ ਕੋ ਇਮ ਡਰ ਕੇ ਸਾਥਾ ਮਹਾਰਾਜ ਕਿਉਂ ਚੜ੍ਹੇ ਹਨ ਮਹਾਰਾਜ ਕਿੱਧਰ ਚੱਲੇ ਹਨ ਕਿਤੇ ਗੁਰੂ ਸਾਹਿਬ ਸਾਡੀਆਂ ਰਾਜਧਾਨੀਆਂ ਤੇ ਆ ਕੇ ਕਬਜ਼ਾ ਨਾ ਕਰ ਲੈਣ ਕਿਤੇ ਸਾਡਾ ਰਾਜ ਨਾ ਖੋਹ ਲੈਣ ਇਸ ਡਰ ਦੇ ਨਾਲ ਸਾਰੇ ਰਾਜੇ ਭੈ ਪੀਤ ਹੋ ਗਏ ਹਨ ਜਿਦ ਕਿਤੇ ਪਟਨਰਨ ਕੋ ਸਤ ਸਭ ਨੇ ਮੰਗਾਈ ਸਾਰੇ ਰਾਜਿਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਰਣਜੀਤ ਨਗਾਰੇ ਦੀ ਆਵਾਜ਼ ਸੁਣਾਈ ਦਿੱਤੀ ਹੈ ਉਹਨਾਂ ਨੇ ਆਪਣੇ ਸੀਆਈਡੀ ਵਾਲੇ ਬੰਦੇ ਤੁਰਤ ਭੇਜੇ ਹਨ ਜਾਓ ਪਤਾ ਕਰਕੇ ਆਓ ਗੁਰੂ ਗੋਬਿੰਦ ਸਿੰਘ ਜੀ ਨੇ ਕਿਦਰ ਮੂੰਹ ਕੀਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫੌਜਾਂ ਲੈ ਕੇ ਦਲ ਲੈ ਕੇ ਕਿਤੇ ਸਾਡੀਆਂ ਰਾਜਧਾਨੀਆਂ ਵੱਲ ਤਾਂ ਨਹੀਂ ਆ ਰਹੇ ਆਪਾਂ ਕੋਈ ਬਚਾ ਕਰੀਏ ਗੁਰੂ ਸਾਹਿਬ ਤੋਂ ਆਪਣੀ ਜਾਨ ਛੁਡਾਈਏ ਕੋਈ ਹੱਥ ਜੋੜੀਏ ਕੋਈ ਨਜਰਾਨਾ ਦਈਏ ਕਿਸੇ ਤਰੀਕੇ ਨਾਲ ਕੋਈ ਆਪਣਾ ਸ਼ਾਮਦਾਮ ਕਰਕੇ ਬਚਾ ਕਰੀਏ ਇਹ ਸੋਚ ਰਹੇ ਹਨ ਆਨੰਦ ਪਰ ਕੋ ਕੂਚ ਕਰ ਗਮਨੇ ਗੋਸਾਈ ਮਹਾਰਾਜ ਕਲਗੀਧਰ ਪਾਤਸ਼ਾਹ ਤਾਂ ਸ੍ਰੀ ਆਨੰਦਪੁਰ ਸਾਹਿਬ ਆਪਣੀ ਨਗਰੀ ਨੂੰ ਜਾ ਰਹੇ ਨੇ ਪਰ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਪਾਪੀ ਰਾਜਿਆਂ ਦਾ ਮਨ ਆਪੇ ਹੀ ਕੰਬਣ ਲੱਗ ਪਿਆ ਹੈ ਸੁਪਤੇ ਸੁਕੇ ਨੀਂਦ ਸਭ ਨਾ ਤੜ ਰਹਿ ਵਿਸਾਲਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਕਿਤੇ ਕਿਸੇ ਤੇ ਹਮਲਾ ਕਰਨ ਨਹੀਂ ਚੱਲੇ ਉਹਦਾ ਆਪਣੀ ਪਾਵਨ ਪਵਿੱਤਰ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਸਾਈ ਹੋਈ ਪਾਵਨ ਧਰਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਰਹੇ ਹਨ ਤਾਂ ਰਾਜਿਆਂ ਨੂੰ ਸੁੱਖ ਦੀ ਨੀਂਦ ਆਈ ਹੈ ਝੜੇ ਪਾਵਟੇ ਨਗਰ ਤੇ ਇਸ ਰੀਤ ਕਿਰਪਾਲਾ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਪੌਂਟਾ ਸਾਹਿਬ ਤੋਂ ਇਸ ਪ੍ਰਕਾਰ ਦੇ ਨਾਲ ਆਪਣਾ ਦਲ ਲੈ ਕੇ ਆਪਣਾ ਪਰਿਵਾਰ ਲੈ ਕੇ ਆਪਣੀਆਂ ਸੰਗਤਾਂ ਲੈ ਕੇ ਚੱਲੇ ਹਨ ਉਠੀ ਤੂਲ ਨਭ ਮਹਿ ਉੱਡੇ ਡਾਂ ਪਿਓ ਰਵੇ ਜਾਏ ਜਦੋਂ ਹਜ਼ਾਰਾਂ ਘੋੜੇ ਹਾਥੀ ਊਂਠ ਖੱਚਰਾ ਰੇੜੇ ਗੱਡਿਆਂ ਦੇ ਉੱਤੇ ਸਾਧ ਸੰਗਤ ਜੀ ਗੁਰੂ ਕੀਆਂ ਵਹੀਰਾਂ ਚੱਲੀਆਂ ਹਨ ਤਾਂ ਰਾਹ ਦੇ ਵਿੱਚੋਂ ਘੋੜਿਆਂ ਦੇ ਖੁਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਛਾ ਗਈ ਹੈ ਧਰਤੀ ਤੇ ਅਸਮਾਨ ਇੱਕ ਹੋ ਗਏ ਹਨ ਇਤਨਾ ਵੱਡਾ ਨਾਰਾ ਜਾ ਰਿਹਾ ਹੈ ਇਤਨਾ ਵੱਡਾ ਗੁਰੂ ਦਾ ਦਲ ਜਾ ਰਿਹਾ ਐਡੀ ਵੱਡੀ ਗੁਰੂ ਦੀ ਵਹੀਰ ਜਾ ਰਹੀ ਹੈ ਮੀਲਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਵਹੀਰ ਜਾ ਰਿਹਾ ਹੈ ਕਿ ਪਿਛਲੇ ਪਾਸੇੋਂ ਪੌਂਟਾ ਸਾਹਿਬ ਤੋਂ ਜੇ ਸੰਗਤਾਂ ਤੁਰੀਆਂ ਨਹੀਂ ਕਿ ਅਗਲੇ ਪਾਸੇ ਦੂਰ ਦੂਰ ਤੱਕ ਮਾਰਾ ਸੱਚੇ ਪਾਤਸ਼ਾਹ ਜੀ ਦੀ ਵਹੀਰ ਪਹੁੰਚ ਵੀ ਗਈ ਹੈ ਛੁਟੇਟ ਰੱਕੇ ਤੁਪਕ ਕੇ ਵੱਡ ਸ਼ਬਦ ਉਠਾਈ ਨੌਜਵਾਨ ਸੂਰਬੀਰ ਯੋਧੇ ਗੁਰੂ ਦੀ ਫੌਜ ਦੇ ਸਿਪਾਹੀਆਂ ਨੇ ਆਪਣੀਆਂ ਬੰਦੂਕਾਂ ਦਾ ਮੂੰਹ ਅਸਮਾਨ ਵੱਲ ਕਰਕੇ ਆਕਾਸ਼ ਵਿੱਚ ਹਵਾਈ ਫੈਰ ਕੀਤੇ ਹਨ ਕਾਰ-ਕਾਰ ਕਰਦੀਆਂ ਗੋਲੀਆਂ ਚੱਲੀਆਂ ਨੇ ਤੜਾਕੇ ਉੱਠੇ ਨੇ ਬੰਦੂਕਾਂ ਦੇ ਜਿਨ੍ਹਾਂ ਦੀ ਗੂੰਜ ਬਾਈ ਧਾਰ ਦੀਆਂ ਪਹਾੜੀਆਂ ਨੂੰ ਕੰਬਾ ਰਹੀ ਹੈ ਕੋਤ ਤੇ ਜਾਤ ਤੁਰੰਗ ਗਨ ਕਰ ਬੇ ਗਪਲਾਵ ਕਹਿੰਦੇ ਘੋੜੇ ਕੁਤਦੇ ਨੱਚਦੇ ਟੱਪਦੇ ਜਾ ਰਹੇ ਨੇ ਬڑے ਵੇਗ ਦੇ ਨਾਲ ਜਾ ਰਹੇ ਨੇ ਪੌਰ ਪਰਹਿ ਡਿਡ ਢੋਰ ਮਹ ਨਾਦਿਤ ਮਗ ਜਾਵੇ ਕਹਿੰਦੇ ਜਦੋਂ ਘੋੜਿਆਂ ਦੇ ਪੌੜ ਧਰਤੀ ਤੇ ਵੱਜਦੇ ਨੇ ਤੇ ਬੜੀ ਆਵਾਜ਼ ਬੜੀ ਗੂੰਜ ਹੁੰਦੀ ਹੈ ਪੈ ਸਿੱਖਿਆ ਘਾਇਲ ਸੁਪਟ ਸੇ ਚਲੇ ਉਠਾਏ ਸਾਥ ਸੰਗਤ ਜਿਹੜੇ ਸਿੱਖ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਫੌਜ ਵਿੱਚ ਭੰਗਾਣੀ ਦੇ ਜੰਗ 'ਚ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਤੀਰ ਗੋਲੀਆਂ ਤਲਵਾਰਾਂ ਬਰਛੀਆਂ ਦੇ ਫਟ ਲੱਗੇ ਸਨ ਉਹਨਾਂ ਨੂੰ ਗੱਡਿਆਂ ਦੇ ਵਿੱਚ ਬੜੇ ਆਰਾਮ ਦੇ ਨਾਲ ਮੰਜਿਆਂ ਤੇ ਪਾਇਆ ਹੋਇਆ ਹੈ ਪਾਲਕੀਆਂ ਵਿੱਚ ਪਾਇਆ ਹੋਇਆ ਹੈ ਤਾਂ ਕਿ ਉਹਨਾਂ ਦੇ ਸਰੀਰ ਨੂੰ ਕੋਈ ਚੱਲਣ ਦੇ ਨਾਲ ਬਹੁਤਾ ਕਸ਼ਟ ਨਾ ਹੋਵੇ ਜਿਵੇਂ ਅੱਜਕੱਲ੍ਹ ਬਿਮਾਰਾਂ ਵਾਸਤੇ ਐਂਬੂਲੈਂਸ ਹੁੰਦੀ ਹੈ ਉਹਦੇ ਵਿੱਚ ਮਰੀਜ਼ ਲੰਮਾ ਪਾ ਕੇ ਨਾਲ ਆਕਸੀਜਨ ਵਗੈਰਾ ਲਾ ਕੇ ਲੈ ਜਾਂਦੇ ਹਨ ਉਹਨਾਂ ਦਿਨਾਂ ਵਿੱਚ ਸਭ ਤੋਂ ਵਧੀਆ ਸਵਾਰੀ ਤਾਂ ਹੁੰਦੀ ਸੀ ਪਾਲਕੀ ਦੀ ਜਿਹੜੀ ਘਾਰ ਮੋਢੇ ਤੇ ਚੁੱਕਦੇ ਸਨ ਮਰੀਜ਼ ਦੇ ਦੁੱਖ ਨੂੰ ਸਮਝ ਕੇ ਉਸੇ ਹਿਸਾਬ ਨਾਲ ਹੌਲੇ-ਹੌਲੇ ਤੁਰਦੇ ਸਨ ਜੇ ਪਾਲਕੀਆਂ ਨਾ ਹੋਣ ਤਾਂ ਫਿਰ ਮੰਜਾ ਗੱਡੇ ਵਿੱਚ ਰੱਖ ਲੈਂਦੇ ਸਨ ਤਾਂ ਕਿ ਮਰੀਜ਼ ਨੂੰ ਬਹੁਤੀ ਤਕਲੀਫ ਨਾ ਹੋਵੇ ਆਰਾਮ ਨਾਲ ਸਫ਼ਰ ਕਰ ਸਕੇ ਜੈਸੇ-ਜੈਸੇ ਜ਼ਖਮੀ ਸਨ ਜਿਨ੍ਹਾਂ ਨੂੰ ਬਹੁਤੀਆਂ ਸੱਟਾਂ ਲੱਗੀਆਂ ਸਨ ਬਹੁਤ ਹੀ ਜ਼ਿਆਦਾ ਗੰਭੀਰ ਜ਼ਖਮੀ ਸਨ ਉਹਨਾਂ ਨੂੰ ਪਾਲਕੀਆਂ ਵਿੱਚ ਜਿਨ੍ਹਾਂ ਨੂੰ ਘੱਟ ਲੱਗੀਆਂ ਸਨ ਉਹਨਾਂ ਨੂੰ ਗੱਡਿਆਂ ਵਿੱਚ ਜਿਨ੍ਹਾਂ ਨੂੰ ਥੋੜੀਆਂ ਲੱਗੀਆਂ ਸਨ ਉਹਨਾਂ ਨੇ ਆਪਣੀ ਮਲਮ ਪੱਟੀ ਕਰਕੇ ਘੋੜਿਆਂ ਤੇ ਸਵਾਰ ਹੋ ਗਏ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਗੁਰੂ ਮਹਾਰਾਜ ਦੇ ਸੂਰਮੇ ਉਹ ਅੱਗੇ-ਅੱਗੇ ਜਾ ਰਹੇ ਨੇ ਗ੍ਰਾਮਨ ਕੇ ਨਰ ਬ੍ਰਿੰਦਹੀ ਸਿਰ ਤਰ ਗਮਨਾਇ ਤੇ ਪਹਾੜ ਦੇ ਲੋਕ ਉਹਨਾਂ ਪਾਲਕੀਆਂ ਨੂੰ ਚੁੱਕੀ ਜਾਂਦੇ ਹਨ ਔਰ ਗੁਰੂ ਮਹਾਰਾਜ ਦੇ ਸਮਾਨ ਨੂੰ ਚੁੱਕੀ ਜਾਂਦੇ ਹਨ ਖਾਣ ਪਾਣ ਕੀ ਸੁਧ ਸਕਲ ਪਾਖੀ ਬਹੁਲੀ ਜੈ ਤੇ ਸਤਗੁਰੂ ਜੀ ਨੇ ਆਪਣੀ ਸਾਰੀ ਫੌਜ ਦੇ ਜਿਹੜੇ ਮੁਖੀ ਹਨ ਭਾਈ ਆਨੰਦ ਚੰਦ ਵਰਗੇ ਹਨ ਪੰਡਤ ਦਇਆਰਾਮ ਜੀ ਵਰਗੇ ਹਨ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਵੀ ਸਾਰਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਹਨਾਂ ਨੂੰ ਸੱਟਾਂ ਲੱਗੀਆਂ ਨੇ ਟਾਈਮ ਸਿਰ ਦਵਾਈ ਬੂਟੀ ਕੀਤੀ ਜਾਵੇ ਉਹਨਾਂ ਦੇ ਖਾਣ ਪਾਣ ਦਾ ਉਹਨਾਂ ਦੇ ਸਰੀਰ ਦਾ ਖਿਆਲ ਰੱਖਿਆ ਜਾਵੇ ਬਾਕੀ ਵੀ ਜਿੰਨੀ ਸੰਗਤ ਨਾਲ ਹੈ ਬੀਬੀਆਂ ਮਾਈਆਂ ਹਨ ਬੱਚੇ ਹਨ ਬਜ਼ੁਰਗ ਹਨ ਉਹਨਾਂ ਦੀ ਵੀ ਸਿਹਤ ਦਾ ਖਿਆਲ ਰੱਖ ਕੇ ਯਾਤਰਾ ਕੀਤੀ ਜਾਵੇ ਬਾਸ ਦੇ ਇਨ ਕੋ ਨਿਸ ਦੇ ਬਸ ਹਾਜ਼ਰ ਕਰ ਦਿਓ ਜੈ ਸਾਧਗੁਰੂ ਜੀ ਨੇ ਕਿਹਾ ਹੈ ਵੀ ਇਹਨਾਂ ਨੂੰ ਜੋ ਵੀ ਚਾਹੀਦਾ ਸੂਰਬੀਰ ਜੋਧਿਆਂ ਨੂੰ ਇਹਨਾਂ ਨੂੰ ਸੱਟਾਂ ਲੱਗੀਆਂ ਨੇ ਗੋਲੀਆਂ ਤੀਰ ਵੱਜੇ ਨੇ ਇਹਨਾਂ ਨੂੰ ਉਸੇ ਤਰੀਕੇ ਨਾਲ ਉਸੇ ਸਮੇਂ ਦਿੱਤਾ ਜਾਵੇ ਤਾਂ ਕਿ ਇਹਨਾਂ ਨੂੰ ਕੋਈ ਕਸ਼ਟ ਨਾ ਹੋਵੇ ਇਹਨਾਂ ਦਾ ਸਰੀਰ ਛੇਤੀ ਤੋਂ ਛੇਤੀ ਰਾਜੀ ਹੋ ਜਾਵੇ ਆਲਪਸੈਲ ਕੁਛਪੰਤ ਮੇ ਕ੍ਰਮ ਕਰਮ ਉਲੰਘ ਕ ਸਾਧ ਸੰਗਤ ਜੀ ਸ੍ਰੀ ਪੌਂਟਾ ਸਾਹਿਬ ਤੋਂ ਉਰੇ ਆਈਏ ਤੇ ਦੋ ਚਾਰ ਮੀਲ ਪਹਾੜੀ ਵਿੱਚ ਆਉਂਦੀ ਹੈ ਥੋੜੇ ਹੀ ਪਹਾੜ ਆਉਂਦੇ ਨੇ ਪੌਂਟਾ ਸਾਹਿਬ ਤੋਂ ਜਦੋਂ ਮਹਾਰਾਜ ਤੇ ਇਸ ਪਾਸੇ ਨੂੰ ਤੁਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਗੀ ਧਰ ਜੀ ਉਹ ਸਾਰੀਆਂ ਪਹਾੜੀਆਂ ਦੇ ਵਿਖਮ ਰਸਤੇ ਟੱਪ ਕੇ ਲੰਘ ਕੇ ਬਹਿਰ ਆਏ ਡੇਰਾ ਕਰਿਓ ਸੁਡ ਥਲ ਵਿਖ ਕਹਿ ਕ ਬਰ ਆਕੇ ਮਹਾਰਾਜ ਨੇ ਡੇਰਾ ਕੀਤਾ ਸੋਹਣੀ ਸੁੰਦਰ ਜਗਾ ਵੇਖ ਕੇ ਉਤਰੇ ਤ ਉਤਰੇ ਤ ਜਿਉ ਤ ਰੰਗ ਪ੍ਰਭ ਪਰਯੰਕ ਸਹਾਏ ਮਹਾਰਾਜ ਘੋੜੇ ਤੋਂ ਉਤਰੇ ਨੇ ਤੇ ਪਲੰਗ ਤੇ ਬੈਠੇ ਨੇ ਸ਼ਮਿਆਨੇ ਤੰਬੂਤਨੇ ਤਤਛਨੇ ਤਿਸਥਾਏ ਉੱਥੇ ਗੁਰੂ ਦੀ ਛਾਉਣੀ ਪੈ ਗਈ ਹੈ ਗੁਰੂ ਮਹਾਰਾਜ ਦੇ ਫਰਾਸ਼ਾਂ ਨੇ ਤੰਬੂ ਲਾ ਦਿੱਤੇ ਨੇ ਸ਼ਮਿਆਨੇ ਤਾਣ ਦਿੱਤੇ ਨੇ ਔਰ ਫਰਸ਼ ਵਿਛਾ ਦਿੱਤੇ ਨੇ ਸੰਗਤਾਂ ਆਰਾਮ ਕਰ ਲੈਣ ਗੁਰੂ ਦੀ ਫੌਜ ਆਰਾਮ ਕਰ ਲਵੇ ਘੋੜਿਆਂ ਨੂੰ ਘਾ ਪੱਠਾ ਦਿੱਤਾ ਹੈ ਸਾਰਿਆਂ ਦੀ ਸੇਵਾ ਕੀਤੀ ਹੈ ਤ੍ਰਿੰਦਾ ਨੇ ਕੋਲ ਆਏ ਕਰ ਕਰ ਤੁਰੰਗਨ ਦੀਨਾ ਕਹਿੰਦੇ ਘਾ ਪੱਠਾ ਲਿਆ ਕੇ ਘੋੜਿਆਂ ਨੂੰ ਹਾਥੀਆਂ ਨੂੰ ਊਂਠਾਂ ਨੂੰ ਪਸ਼ੂਆਂ ਨੂੰ ਪਾਇਆ ਦੇਖ ਦੀਰਗਾ ਤਿਆਰ ਪੀਕਰ ਅਜ ਬਨ ਕੀਨਾ ਬਹੁਤ ਵੱਡਾ ਗੁਰੂ ਕਾ ਲੰਗਰ ਤਿਆਰ ਹੋਇਆ ਹੈ ਬਿਆੰਤ ਦੇਗਾ ਸਜੀਆਂ ਹਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਪ੍ਰਸ਼ਾਦਾ ਛਕਾਇਆ ਖਾਣ ਪਾਣ ਕਰ ਸਗਲ ਦਲ ਸੁਖ ਤੇ ਸੁਪਤਾਏ ਔਰ ਖਾਣ ਪਾਣ ਕਰਕੇ ਸਾਰੀ ਫੌਜ ਨੇ ਸਾਰੇ ਗੁਰੂ ਕੇ ਸਿੱਖਾਂ ਨੇ ਆਰਾਮ ਕੀਤਾ ਰਾਤ ਨੂੰ ਨਿਸਾਬ ਵਿਖੇ ਬਿਸਰਾਮ ਤੇ ਸ਼ਰਮ ਦੀਹ ਨਸਾਏ ਸਾਧ ਸੰਗਤ ਜੀ ਰਾਤ ਨੂੰ ਆਰਾਮ ਕਰਕੇ ਰਸਤੇ ਦੀ ਥਕਾਵਟ ਦੂਰ ਕੀਤੀ ਹੈ ਅੰਮ੍ਰਿਤ ਵੇਲਾ ਜਾਗ ਕੇ ਕਰਨ ਸੋਚਿ ਸਨਾਨਾ ਅੰਮ੍ਰਿਤ ਵੇਲੇ ਉੱਠੇ ਨੇ ਸਾਰੇ ਸਾਧ ਜਿਸ਼ਨਾਨ ਕੀਤਾ ਹੈ ਆਪਣੀ ਪੂਜਾ ਬਾਠ ਨਿਤਨੇਮ ਬਾਣੀ ਦਾ ਜਾਪ ਕੀਤਾ ਹੈ ਵਸਤਰ ਸ਼ਸਤਰ ਤਨ ਪਹਿਰ ਕੇ ਪ੍ਰਭ ਕੀ ਰਸ ਪਿਆਨਾ ਫਿਰ ਸਤਿਗੁਰੂ ਕਲ ਕੀ ਧਰ ਵਸਤਰ ਸ਼ਸਤਰ ਪਹਿਨ ਕੇ ਤਿਆਰ ਵਰ ਤਿਹਾਰ ਹੋਏ ਹਨ ਅਤੇ ਅੱਗੇ ਨੂੰ ਚਾਲੇ ਪਾਏ ਹਨ ਤਿਆਰ ਹੋਏ ਸਭ ਦਲ ਚੜਿਓ ਤੁਸ ਤੁੰਕਾਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੀ ਦਲ ਫੌਜ ਲੈ ਕੇ ਨਗਾਰੇ ਤੇ ਚੋਬਾ ਮਾਰ ਕੇ ਧੋਂਸੇ ਵਜਾ ਕੇ ਚੜੇ ਹਨ ਮਾਰਿਕ ਪ੍ਰਸਥਾਨੇ ਪ੍ਰਭੂ ਵਿਦਿਤਿ ਜੋ ਜਗਸਾਰ ਇਹ ਸਤਿਗੁਰੂ ਪਾਤਸ਼ਾਹ ਜੀ ਬੜਾ ਬਲ ਦਲ ਲੈ ਕੇ ਅਗਾ ਨੂੰ ਪਿੰਡੇ ਚ ਪੈ ਗਏ ਹਨ ਇਸ ਗੱਲ ਦੀ ਖਬਰ ਸਾਰੇ ਅੱਗੇ ਅੱਗੇ ਮਿਲਦੀ ਜਾ ਰਹੀ ਹੈ ਪਿੰਡਾਂ ਸ਼ਹਿਰਾਂ ਦੇ ਸਿੱਖ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਸੱਚੇ ਪਾਤਸ਼ਾਹ ਸਾਡੇ ਕੋਲੋਂ ਦੀ ਲੰਘ ਰਹੇ ਨੇ ਉਹ ਆਪਣੇ ਘਰਾਂ ਦੇ ਕੰਮਕਾਰ ਛੱਡ ਕੇ ਰਸਤੇ 'ਚ ਖਲੋ ਕੇ ਮਹਾਰਾਜ ਦੇ ਦਰਸ਼ਨ ਕਰਦੇ ਨੇ। ਜਥਾ ਸ਼ਕਤੀ ਗਰੀਬ ਆਪਣੇ ਬਲ ਅਨੁਸਾਰ, ਅਮੀਰ ਆਪਣੇ ਬਲ ਅਨੁਸਾਰ ਦਰਸ਼ਨ ਭੇਟਾ ਵੀ ਦਿੰਦੇ ਨੇ, ਫੁੱਲਾਂ ਦੀ ਵਰਖਾ ਕਰਦੇ ਨੇ, ਆਪਣੀਆਂ ਪਲਕਾਂ ਵਿਸ਼ਾ ਕੇ ਕਲਗੀਧਰ ਪਾਤਸ਼ਾਹ ਦਾ ਸਵਾਗਤ ਕਰਦੇ ਨੇ ਜਹਰ ਰਸਟੋਰੇ ਨਿਕਟ ਕੋ ਆ ਗਏ ਜਬ ਚਾਲੇ ਜਦੋਂ 사ਤਗੁਰੂ ਪਾਤਸ਼ਾਹ ਸੰਡੋਰੇ ਨਗਰ ਦੇ ਕੋਲੋਂ ਲੰਘੇ ਹਨ ਨਾਨਕ ਕੇਂਦਰ ਕੋ ਜਪ ਸੁਨਿਓ ਗੁਰੂ ਘੂਟ ਸੰਭਾਲੇ ਉਸ ਵੇਲੇ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਪੌਂਟੇ ਤੋਂ ਆਨੰਦਪੁਰ ਸਾਹਿਬ ਨੂੰ ਚੱਲ ਪਏ ਨੇ ਵਾਪਸ ਜਾ ਰਹੇ ਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਇਸਮ ਆਨੰਦ ਪਰ ਆਪਣੇ ਕੋ ਕਰ ਹੈ ਤਹਿਬਾਸ ਮਹਾਰਾਜ ਆਪਣੀ ਜੱਦੀ ਜਾਇਦਾਦ ਇਸਮ ਕਹਿੰਦੇ ਨੇ ਇਹ ਫਾਰਸੀ ਅਰਬੀ ਦਾ ਸ਼ਬਦ ਹੈ ਅਰਬੀ ਭਾਸ਼ਾ ਵਿੱਚ ਇਸਮ ਦਾ ਅਰਥ ਹੁੰਦਾ ਹੈ ਵੀ ਆਪਣੀ ਜਿਹੜੀ ਖਾਨਦਾਨੀ ਪ੍ਰਾਪਰਟੀ ਹੁੰਦੀ ਹੈ ਪਿਓ ਦਾਦੇ ਦੀ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਗੁਰੂ ਸਾਹਿਬ ਆਪਣੇ ਜੱਦੀ ਖਾਨਦਾਨੀ ਨਗਰ ਆਪਣੇ ਪਿਤਾ ਪੁਰਖੀ ਨਗਰ ਸ੍ਰੀ ਆਨੰਦਪੁਰ ਸਾਹਿਬ ਵੱਲ ਚੱਲੇ ਨੇ ਤੇ ਆਪਣੀ ਧਰਤੀ ਤੇ ਜਾ ਕੇ ਰਹਿਣਗੇ ਆਪਣੇ ਘਰ ਜਾ ਕੇ ਆਪਣੀ ਨਗਰੀ ਵਿੱਚ ਵਸਾ ਕਰਨਗੇ ਚਲੇ ਜਾਂ ਤੇ ਜਤ ਬਾਹਨੀ ਸੁਨ ਮਿਦਨ ਪ੍ਰਕਾਸ਼ਾ ਰਾਜਾ ਮੇਦਨੀ ਪ੍ਰਕਾਸ਼ ਨੂੰ ਪਤਾ ਲੱਗਾ ਮਹਾਰਾਜ ਆਪਣੀ ਫੌਜ ਸਮੇਤ ਜਾ ਰਹੇ ਨੇ ਦੂਰਨ ਪਠਿਓ ਵਕੀਲ ਕੋ ਕਹਿ ਸਭ ਸਮਝਾਈ ਉਸੇ ਵੇਰੇ ਸਾਧ ਸੰਗਤ ਜੀ ਰਾਜੇ ਮੇਦਨੀ ਪ੍ਰਕਾਸ਼ ਨੇ ਆਪਣਾ ਵਕੀਲ ਭੇਜਿਆ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਬੇਨਤੀ ਕਰ ਆਗੇ ਮਿਲੇ ਉਸ ਤੋਂ ਆਇ ਕਹ ਰਿਏ ਪਗ ਗਰੀਬ ਨਿਵਾਈ ਰਾਜੇ ਮੇਦਨੀ ਪ੍ਰਕਾਸ਼ ਦਾ ਵਕੀਲ ਛੇਤੀ ਨਾਲ ਦੌੜ ਕੇ ਨਾਨ ਤੋਂ ਸੁਦਾਰੇ ਦੇ ਲਾਗੇ ਚ ਆਗੇ ਸ੍ਰੀ ਕਲਗੀਧਰ ਪਾਤਸ਼ਾਹ ਨੂੰ ਆ ਮਿਲਿਆ ਔਰ ਮੱਥਾ ਟੇਕਿਆ ਚਰਨਾਂ ਦੇ ਵਿੱਚ ਹਾਥ ਜੋਰ ਬੋਲਤ ਭਿਓ ਨਾਹਿਣ ਕੇ ਰਾਜਾ اے ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਤਗੁਰੂ ਸਾਹਿਬ ਜੀਓ ਨਾਨਦ ਦੇ ਰਾਜੇ ਨੇ ਆਪ ਜੀ ਦੇ ਪਵਿੱਤਰ ਚਰਨਾਂ 'ਚ ਮੱਥਾ ਟੇਕਿਆ ਹੈ। ਪਟੋਸੀ ਗਰੇਟੇਗਾ ਆਪਕੇ ਸੁਣੀ ਇਹ ਮਹਾਰਾਜਾ। ਮਹਾਰਾਜਾ ਆਪ ਜੀ ਦੇ ਕੋਲ ਮੈਨੂੰ ਛੇਤੀ ਨਾਲ ਭੇਜਿਆ ਹੈ। ਆਪ ਸਾਡੀ ਬੇਨਤੀ ਸੁਣੋ ਚਰਨ ਕਮਲ ਪਰ ਬੰਦਨਾ ਕਰ ਬੰਦ ਬਖਾਨੀ ਰਾਜੇ ਮੇਦਨੀ ਪ੍ਰਕਾਸ਼ ਨੇ ਆਪ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਬੰਦਨਾ ਕੀਤੀ ਹੈ ਤੇ ਹੱਥ ਜੋੜ ਕੇ ਆਖਿਆ ਛੜੇ ਅਚਾਨਕ ਆਪ ਪ੍ਰਭ ਹਮਸਨਯੋਨ ਕਾਨੀ ਏ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਆਪ ਜੀ ਅਚਾਨਕ ਹੀ ਇੱਥੋਂ ਚਾਲਾ ਪਾਣ ਲੱਗੇ ਉਹ ਸਾਡੇ ਇਲਾਕੇ ਵਿੱਚੋਂ ਸਾਨੂੰ ਤਾਂ ਪਤਾ ਵੀ ਨਹੀਂ ਲੱਗਾ ਕੀ ਕਿਹੜੇ ਸਮੇ ਆਪ ਜੀ ਨੂੰ ਇਥੋਂ ਜਾਣ ਦਾ ਫੁਰਨਾ ਪੁਰ ਗਿਆ ਹੈ ਲਾਹਿੜਪੁਰ ਕੇ ਨਿਕਟ ਅਬ ਡੇਰਾ ਨਿਜ ਪਾਵੋ اے ਮਹਾਰਾਜ ਸਾਡੀ ਬੇਨਤੀ ਮੰਨੋ ਕਿ ਜੋ ਨਗਰ ਲਾੜਪੁਰ ਹੈ ਉਹਦੇ ਲਾਗੇ ਆਪ ਜੀ ਡੇਰਾ ਪਾ ਲਵੋ ਉਥੇ ਰੁਕ ਜਾਓ ਕੁਝ ਸਮੇ ਵਾਸਤੇ ਕਿਰਪਾ ਕਰਕੇ ਲੜਪੁਰ ਬਿਸਰਾਮ ਕਰੋ ਮੈਂ ਆਪਹੋ ਦਰਸ਼ਨ ਕਰਨ ਪਨ ਅਗਰ ਸਦਾਵੋ ਮਹਾਰਾਜ ਮੈਂ ਉੱਥੇ ਤੁਹਾਡੇ ਦਰਸ਼ਨ ਕਰਨ ਆਵਾਂਗਾ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪ ਜੀ ਨੂੰ ਵਿਦਾਇਗੀ ਦੇਵਾਂਗਾ ਫਿਰ ਆਪ ਜੀ ਆਪਣੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਚਲੇ ਜਾਣਾ ਜਿੰਨਾ ਚਿਰ ਮਹਾਰਾਜ ਮੈਂ ਆਪਦੇ ਕੋਲ ਨਹੀਂ ਪਹੁੰਚਦਾ ਕਿਰਪਾ ਕਰਕੇ 2 ਦਿਨ 4 ਦਿਨ ਆਪ ਜੀ ਲਾੜਪੁਰ ਰੁਕ ਜਾਓ ਦਾਸ ਕਦੀਮੀ ਆਪਕੋ ਡੇਰਾ ਅਬ ਕੀਜੈ ਅਸੀਂ ਤੁਹਾਡੇ ਕਦੀਮੀ ਦਾਸ ਆ ਸਤਿਗੁਰੂ ਜੀ ਇੱਥੇ ਸਾਡੇ ਲਾਗੇ ਥੋੜਾ ਸਮਾਂ ਹੋਰ ਰੁਕ ਜਾਓ ਇਨਾ 4 ਸਾਲ ਆਪ ਜੀ ਨੇ ਕਿਰਪਾ ਕੀਤੀ ਹੈ ਤੇ ਮੈਨੂੰ ਦਰਸ਼ਨ ਦੇ ਕੇ ਜਾਓ ਇਸ ਤਰ੍ਹਾਂ ਬਿਨਾ ਦਰਸ਼ਨ ਦੇ ਤਿਆ ਨਾ ਜਾਓ ਅਬਨੋ ਸੇਵਕ ਜਾਣ ਕਰ ਦਰਸ਼ਨ ਮੋਹਿ ਦੀਜੈ ਮੈਨੂੰ ਆਪਣਾ ਸੇਵਕ ਜਾਣ ਕੇ ਆਪਣਾ ਦਾਸ ਜਾਣ ਕੇ ਦਰਸ਼ਨਾਂ ਦੀ ਦਾਤ ਬਖਸ਼ੋ ਸਤਿਗੁਰੂ ਗਰੀਬ ਨਿਵਾਜ ਜੀਓ ਰਖੋ ਲਾਜ ਅਬ ਬਿਰਧ ਕੇ ਤੁਮ ਅੰਤਰਜਾਮੀ ਇਹ ਅੰਤਰਜਾਮੀ ਸਤਿਗੁਰੂ ਜੀ ਘਟ ਘਟ ਦੀ ਜਾਣਨ ਵਾਲੇ ਹੋ ਮੇਰੇ ਹਿਰਦੇ ਦੀ ਜਾਣਦੇ ਹੋ ਮੇਰੀ ਮਨ ਦੀ ਪ੍ਰੀਤੀ ਜਾਣ ਕੇ ਆਪ ਜੀ ਕੁਝ ਸਮਾਂ ਲਾੜਪੁਰ ਵਿਖੇ ਰੁਕੋ ਤੇ ਮੈਨੂੰ ਦਰਸ਼ਨ ਦੇ ਕੇ ਹੀ ਅੱਗੇ ਜਾਓ ਮੈਂ ਸੇਵਕ ਤੁਮਰੀ ਸ਼ਰਨ ਸਬਕਟ ਕੇ ਸਵਾਮੀ ਏ ਮਹਾਰਾਜ ਮੈਂ ਤੁਹਾਡਾ ਸੇਵਕ ਹਾਂ ਆਪ ਘਟ ਘਟ ਦੀ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਜੀ ਹੋ ਕਛ ਮਸਲਤ ਕਰਨੀ ਹਮ ਹੈ ਰਾਜਨ ਕੇ ਕਾਜੂ ਮਹਾਰਾਜ ਅਸੀਂ ਤੁਹਾਡੇ ਨਾਲ ਕੁਝ ਬਹਿ ਕੇ ਵਿਚਾਰਾਂ ਕਰਨੀਆਂ ਚਾਹੁੰਦੇ ਹਾਂ ਕਿਉਂਕਿ ਰਾਜਿਆਂ ਦੇ ਕੰਮਕਾਰ ਐਸੇ ਹੀ ਹੁੰਦੇ ਹਨ। ਹੈ ਭਰੋਸਾ ਆਪਕੋ ਨਿਤਪ੍ਰਤ ਮਹਾਰਾਜੂ। ਹੈ ਮਹਾਰਾ ਸੱਚੇ ਪਾਤਸ਼ਾਹ ਜੀ। ਸਾਨੂੰ ਆਪ ਜੀ ਦਾ ਭਰੋਸਾ ਹੈ। ਆਪ ਜੀ ਸਾਡੇ ਰਾਜਿਆਂ ਦੇ ਰਾਜੇ ਹੋ। ਮਹਾਰਾਜਿਆਂ ਦੇ ਮਹਾਰਾਜੇ ਹੋ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ? ਹੈ ਗਰੀਬਨਵਾਦ ਸਤਿਗੁਰੂ ਜੀ। ਆਪ ਜੀ ਦੇ ਚਰਨਾਂ ਵਿੱਚ ਮੈਂ ਹਾਜ਼ਰ ਹੋਵਾਂਗਾ ਜਾਨ ਆਪ ਨੂੰ ਗੁਰੂ ਜੀ করুণਾ ਅਪਧਾਰੋ ਏ ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰੋ ਇੱਕ ਦੋ ਦਿਨ ਦੇ ਵਸੇ ਨਿਵਾਸ ਕੇ ਮੈਸੇ ਖੇਲੇ ਨਿਸ਼ਕਾਰੋ ਮਹਾਰਾਜ ਇੱਕ ਦੋ ਦਿਨ ਲਾੜਪੁਰ ਰੁਕ ਜਾਓ ਸ਼ਿਕਾਰ ਦੇ ਬਹਾਨੇ ਹੀ ਰੁਕ ਜਾਓ ਕਿਉਂਕਿ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਸ਼ਿਕਾਰ ਮਿਲਦਾ ਹੈ ਆਪ ਜੀ ਇੱਥੇ ਸ਼ਿਕਾਰ ਖੇਡੋ ਹਿਰਣਾ ਦਾ ਜੰਗਲੀ ਸੂਰਾਂ ਦਾ ਬਾਰਾ ਸਿੰਘਿਆਂ ਦਾ ਤੇ ਫੇਰ ਮਹਾਰਾਜ ਇੰਨੇ ਚਿਰ ਨੂੰ ਮੈਂ ਵੀ ਆ ਜਾਵਾਂਗਾ ਦਰਸ਼ਨ ਕਰਕੇ ਮੈਂ ਨਿਹਾਰ ਹੋਵਾਂਗਾ ਤੇ ਆਪ ਜੀ ਅੱਗੇ ਚਲੇ ਜਾਣਾ ਸੁਨ ਬੇਨਤੀ ਪ੍ਰਭ ਜੀ ਬ੍ਰਤ ਕੀ ਨਿਜ ਸੇ ਵਰ ਉਤਾਰਾ ਇਹ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਸ੍ਰੀ ਗੁਰੂ ਕਲਗੀਧਰ ਜੀ ਨੇ ਰਾਜੇ ਦੀ ਸੁਣ ਕੇ ਲਾੜਪੁਰ ਦੇ ਲਾਗੇ ਚੌਣੀ ਪਾ ਲਈ ਆਪਣਾ ਡੇਰਾ ਉਤਾਰ ਲਿਆ ਸੈਲਸਮੀ ਪਸਥਾਨ ਸੁਭ ਜਲ ਜਲ ਤੇ ਨਹਾਰਾ ਸਾਧ ਸੰਗਤ ਜੀ ਉੱਥੇ ਛੋਟਾ ਜਿਹਾ ਪਹਾੜ ਹੈ ਤੇ ਥੱਲੇੋਂ ਇੱਕ ਨਦੀ ਬੜੀ ਸੋਹਣੀ ਵਗਦੀ ਹੈ ਦਾਸ ਨੇ ਵੀ ਕਈ ਵਾਰੀ ਉਸ ਨਦੀ ਵਿੱਚ ਇਸ਼ਨਾਨ ਕੀਤੇ ਦਰਸ਼ਨ ਕੀਤੇ ਹਨ ਬੜੀ ਸੁੰਦਰ ਰਮਣੀਕ ਜਗ੍ਹਾ ਹੈ ਉਸ ਜਗ੍ਹਾ ਤੇ ਸੱਚੇ ਪਾਤਸ਼ਾਹ ਮਹਾਰਾਜ ਕਲਗੀਆਂ ਵਾਲੇ ਪਿਤਾ ਜੀ ਨੇ ਛਾਉਣੀ ਪਾ ਲਈ ਡੇਰਾ ਕਰ ਲਿਆ ਆਇਓ ਬੁੱਧੂ ਸਾਹਿਬ ਤਬ ਪ੍ਰਭ ਮਿਲべਹਤਾ ਪੀਰ ਬੁੱਧੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਸਤਗੁਰੂ ਮਹਾਰਾਜ ਪੌਂਟੇ ਦੀ ਧਰਤੀ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਵਾਪਸ ਜਾ ਰਹੇ ਹਨ ਉਹ ਵੀ ਆਪਣੇ ਬੁਰੀਦਾਂ ਸਮੇਤ ਸਢੌਰੇ ਤੋਂ ਚੱਲ ਕੇ ਮਹਾਰਾਜ ਦਸਵੇਂ ਪਾਤਸ਼ਾਹ ਦੀ ਛੌਨੀ ਵਿੱਚ ਆਏ ਹਨ। ਉਦਰੇ ਨਿਕਟ ਹਕਾਰ ਕਰ ਬੈਠੇ ਕੁਲਕੇਤਾ। ਆ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ। ਸੋਢੀ ਕੁਲਕੇਤੂ ਸਤਗੁਰੂ ਕਲਗੀ ਧਰਤਖਤ ਤੇ ਬੈਠੇ ਹੋਏ ਹਨ। ਪੀਰ ਬੁੱਧੂ ਸ਼ਾਹ ਜੀ ਆਏ ਹਨ। ਦਰਸ਼ਨ ਕਰਕੇ ਤਨ ਮਨ ਨਿਹਾਲ ਹੋ ਗਿਆ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮਹਾਰਾਜ ਦੇ ਦਰਸ਼ਨ ਕਰਕੇ ਪੀਰ ਬੁੱਧੂ ਸਾਹਿਬ ਦਾ ਰੋਮ ਰੋਮ ਖੜ ਗਿਆ ਹੈ ਕਿਤੇ ਕਿਤੇ ਛਾਇਆ ਦੇਖ ਕਰ ਉਤਰੇ ਬਰ ਬੀਰਾ ਮਹਾਰਾਜ ਦੀਆਂ ਫੌਜਾਂ ਛਾਇਆਦਾਰ ਦਰਖਤਾਂ ਨੂੰ ਵੇਖ ਕੇ ਉਤਰ ਪਈਆਂ ਹਨ ਬੜੀ ਸੋਹਣੀ ਪਹਾੜੀ ਦੇ ਵਿੱਚ ਇਹ ਗੁਰਦੁਆਰਾ ਬਣਿਆ ਹੋਇਆ ਹੈ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਇਸ ਦਾ ਨਾਮ ਹੈ ਸਾਧ ਸੰਗਤ ਜੀ ਬੜੇ ਬੜੇ ਮਹਾਪੁਰਸ਼ ਕਰਨੀਆ ਵਾਲੇ ਬ੍ਰਹਮ ਗਿਆਨੀ ਇੱਥੇ ਜਪ ਤਪ ਕਰ ਗਏ ਹਨ ਸੰਤ ਬਾਬਾ ਸੋਹਣ ਸਿੰਘ ਜੀ ਨਿਹੰਗ ਸਿੰਘ ਸਾਹਿਬ ਜਿਨ੍ਹਾਂ ਨੇ ਬੰਦੇ ਘਾਟ ਹਜੂਰ ਸਾਹਿਬ ਗੋਦਾਵਰੀ ਦੇ ਕੰਡੇ ਤੇ ਬਹੁਤ ਵਿਦਿਆ ਪੜਾਈ ਬ੍ਰਹਮ ਵਿਦਿਆ ਦੇ ਦਾਤੇ ਸਨ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਦੇ ਜੋ ਹਜੂਰੀ ਵੱਡੇ ਜਥੇਦਾਰ ਹਨ ਉਹਨਾਂ ਮਹਾਪੁਰਸ਼ਾਂ ਨੇ ਹਜੂਰ ਸਾਹਿਬ ਦੀ ਬਹੁਤ ਸੰਗਤ ਨੇ ਗਿਆਨੀ ਵਿਜੇ ਸਿੰਘ ਜੀ ਔਰ ਬਹੁਤ ਸਾਰੇ ਸਤਕਾਰਯੋਗ ਗਿਆਨੀ ਮਨਜੀਤ ਸਿੰਘ ਜੀ ਜੋ ਅੱਜਕੱਲ ਨਿਊ ਜਰਸੀ ਦੇ ਵਿੱਚ ਹਨ ਉਹ ਵੀ ਸਾਧ ਸੰਗਤ ਜੀ ਉਹਨਾਂ ਮਹਾਪੁਰਸ਼ਾਂ ਕੋਲੋਂ ਬ੍ਰह्म ਵਿਦਿਆ ਪੜ੍ਹ ਕੇ ਆਏ ਗੁਰਬਾਣੀ ਦੀ ਵਿਦਿਆ ਸ਼ਾਸਤਰ ਵਿਦਿਆ ਇਹ ਬਾਬਾ ਸੋਹਣ ਸਿੰਘ ਜੀ ਨਿਹੰਗ ਸਿੰਘ ਮਹਾਪੁਰਸ਼ ਮਹਾਂਕਾਲ ਫਰਲੇ ਵਾਲੇ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੰਤਾਂ ਦੇ ਵਿਦਿਆਰਥੀ ਸਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਪੁਰਸ਼ ਪੰਜ ਨਿਹੰਗ ਸਿੰਘ ਫਰਲੇ ਵਾਲੇ ਆਪਣੇ ਸਾਹਮਣੇ ਬਿਠਾ ਕੇ ਕਥਾ ਕਰਿਆ ਕਰਦੇ ਸਨ ਉਹ ਕਹਿੰਦੇ ਜਦੋਂ ਸਾਨੂੰ ਨਿਹੰਗ ਸਿੰਘ ਦੇ ਰੂਪ ਵਿੱਚ ਮਹਾਕਾਲ ਦੇ ਦਰਸ਼ਨ ਹੁੰਦੇ ਆ ਕਲਗੀਧਰ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਹੁੰਦੇ ਆ ਸਾਡੀ ਕਥਾ ਦੇ ਵਿੱਚ ਬੜਾ ਹੀ ਆਨੰਦ ਬਣ ਜਾਂਦਾ ਹੈ ਕਹਿੰਦੇ ਬਾਬਾ ਸੋਹਣ ਸਿੰਘ ਜੀ ਨੂੰ ਮਹਾਂਪੁਰਸ਼ ਸੰਤ ਗਿਆਨੀ ਗੁਰਬਚਰ ਸਿੰਘ ਜੀ ਨੇ ਬ੍ਰਹਮ ਵਿਦਿਆ ਪੜਾ ਕੇ ਸ਼ਾਸਤਰ ਵਿਦਿਆ ਬਾਣੀ ਦੀ ਵਿਦਿਆ ਪੜਾ ਕੇ ਬੁੱਢੇਦਲ ਦੇ ਵਿੱਚ ਭੇਜਿਆ ਸੀ ਔਰ ਬੁੱਢੇ ਦਾਲ ਦੇ ਜਥੇਦਾਰ ਬਾਬਾ ਚੇਤ ਸਿੰਘ 96 ਕਰੋੜੀ ਮਹਾਪੁਰਸ਼ਾਂ ਨੇ ਬਾਬਾ ਸੋਹਣ ਸਿੰਘ ਜੀ ਮਹਾਪੁਰਸ਼ਾਂ ਨੂੰ ਗੁਰਦੁਆਰਾ ਟੋਕਾ ਸਾਹਿਬ ਦੀ ਜਥੇਦਾਰੀ ਦਿੱਤੀ ਸੀ ਉਸ ਸਮੇਂ ਸਾਸਨ ਜੀ ਅੱਜ ਕੱਲ ਤਾਂ ਬਹੁਤ ਸਾਰੇ ਮਤ ਚੱਲ ਗਏ ਨੇ ਪੁਰਾਤਨ ਸਮੇਂ ਸਾਰੇ ਗੁਰਦੁਆਮਾਂ ਦੀ ਮਹੰਤੀ ਦਾ ਪਹਿਰਾ ਪੰਥ ਅਕਾਲੀ ਬੁੱਢਾ ਦਾਲੀ ਦਿਆ ਕਰਦਾ ਸੀ ਸਿੰਘ ਸਾਹਿਬ ਬਾਬਾ ਕਾਲੀ ਫੂਲਾ ਸਿੰਘ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਇਆ ਕਰਦੇ ਸਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬੇਅੰਤ ਰਸਤਾ ਪਸਤਾ ਹਾਜ਼ਰ ਕੀਤੀਆਂ ਸਾਰੇ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਈਆਂ ਤੇ ਬੁੱਢੇ ਦਲ ਦੇ ਜਥੇਦਾਰਾਂ ਨੂੰ ਬੇਨਤੀ ਕੀਤੀ ਕਿ ਜਪ ਤਪ ਵਾਲੇ ਕਰਨੀ ਵਾਲੇ ਨਾਮ ਰਸੀਏ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਇਹਨਾਂ ਸਥਾਨਾਂ ਤੇ ਮੰਤ ਬਣਾਓ ਸੋ ਉਹਨਾਂ ਨੇ ਇਹ ਮਰਿਆਦਾ ਚਲਾਈ ਸੀ ਜੋ ਬਾਬਾ ਚੇਸ ਸਿੰਘ ਜੀ ਤੱਕ ਚਲਦੀ ਆਈ ਹੈ ਟੋਕਾ ਸਾਹਿਬ ਦੇ ਜਥੇਦਾਰ ਬਾਬਾ ਸੋਹਣ ਸਿੰਘ ਜੀ ਇੱਥੇ ਰਿਆ ਕਰਦੇ ਸਨ ਇੱਥੇ ਕੌਤਕ ਵਰਤਿਆ ਸਾਧ ਸੰਗਤ ਜੀ ਟੋਕਾ ਸਾਹਿਬ ਗੁਰਦੁਆਰੇ ਵਿੱਚ ਬਾਬਾ ਸੋਹਣ ਸਿੰਘ ਦੀ ਮਹਾਪੁਰਸ਼ਾਂ ਦੇ ਸਾਰੇ ਹੀ ਸੰਗੀ ਇਤਿਹਾਸ ਦੱਸਦੇ ਹਨ ਕਹਿੰਦੇ ਇੱਕ ਵਾਰ ਹੀ ਇੱਕ ਜੋਗੀ ਕਰਾਮਾਤੀ ਸ਼ਕਤੀਆਂ ਦਾ ਉਹ ਬੜਾ ਰੱਖਦਾ ਸੀ ਕੋਈ ਜਿਵੇਂ ਸਾਧਨਾ ਕੀਤੀ ਸੀ ਤੰਤਰ ਮੰਤਰ ਦੀ ਉਹ ਜੋਗੀ ਉੱਥੇ ਆ ਗਿਆ ਤੇ ਆ ਕੇ ਗੁਰੂ ਦੇ ਲੰਗਰ ਵਿੱਚ ਕਹਿਣ ਲੱਗਾ ਮੈਨੂੰ ਪ੍ਰਸ਼ਾਦਾ ਛਕਾਓ ਮੈਨੂੰ ਲੰਗਰ ਦਿਓ ਉਹਨੇ ਐਡਾ ਸਾਰਾ ਛੋਟਾ ਜਿਹਾ ਇੱਕ ਖੱਪਰ ਅੱਗੇ ਕੀਤਾ ਤੇ ਲੰਗਰੀ ਸਿੰਘ ਨੇ ਉਹਦੇ ਖੱਪਰ 'ਚ ਦਾਲ ਬਾਲਟੀ ਵਿੱਚੋਂ ਕਟਛਾ ਭਰ ਕੇ ਪਾਈ ਤੇ ਦੋ ਕਹਿੰਦਾ ਹੋਰ ਪਾਓ ਉਹਨੇ ਹੋਰ ਪਾਈ ਕਹਿੰਦਾ ਹੋਰ ਪਾਓ ਉਹਨੇ ਹੋਰ ਪਾਈ ਕਹਿੰਦੇ ਉਸ ਲੰਗਰੀ ਪਾਈ ਗਿਆ ਪਾਈ ਗਿਆ ਐਡੇ ਸਾਰੇ ਖੱਪਰ 'ਚ ਪੂਰੀ ਬਾਲਟੀ ਦਾਲ ਦੀ ਪੈ ਗਈ ਖੱਪਰ ਫੇਰ ਨਹੀਂ ਭਰਿਆ ਇਹ ਜਿਹਨਾਂ ਸਿੰਘਾਂ ਨੇ ਵੇਖਿਆ ਜਾਂ ਸੁਣਿਆ ਹੁਣ ਵੀ ਤੱਕ ਬੈਠੇ ਹਨ ਸਾਧ ਸੰਗਤ ਜੀ ਭਾਈ ਮਨਜੀਤ ਸਿੰਘ ਜੀ ਨਿਊ ਜਰਸੀ 'ਚ ਉਹ ਵੀ ਮਹਾਪੁਰਸ਼ਾਂ ਨੇ ਸਾਨੂੰ ਕਥਾ ਸੁਣਾਈ ਭਾਈ ਸਤਨਾਮ ਸਿੰਘ ਜੀ ਉਹ ਵੀ ਨਿਊਯਾਰਕ ਉਹਨਾਂ ਨੇ ਵੀ ਇਹ ਬਚਨ ਸੁਣਾਇਆ ਕਹਿੰਦੇ ਅਸੀਂ ਮਹਾਪੁਰਸ਼ਾਂ ਤੋਂ ਇਹ ਬਚਨ ਸੁਣਿਆ ਕਹਿੰਦੇ ਜਦੋਂ ਖੱਪਰ ਨਾ ਭਰਿਆ ਤੇ ਉਹ ਲਾਂਗਰੀ ਵਿਚਾਰਾ ਹੈਰਾਨ ਹੋ ਗਿਆ ਵੀ ਬਾਲਟੀ ਢਾਲ ਦੀ ਇੰਨੀ ਸਾਰੀ ਕੌਲੀ ਦੇ ਵਿੱਚ ਇਹ ਸਾਰੀ ਕਿਵੇਂ ਸਮਾ ਗਈ ਉਹ ਸਮਝ ਗਿਆ ਵੀ ਇਹ ਜਿਹੜਾ ਜੋਗੀ ਹੈ ਇਹ ਕਰਾਮਾਤ ਸ਼ਕਤੀ ਦੇ ਨਾਲ ਸਾਨੂੰ ਇਹ ਪਰਖ ਰਿਹਾ ਹੈ ਤੇ ਨਾਲ ਜੋਗੀ ਬੋਲ ਪਿਆ ਕਹਿੰਦਾ ਸਰਦਾਰ ਜੀ ਮੇਰਾ ਖੱਪਰ ਹੀ ਨਹੀਂ ਭਰ ਸਕੇ ਕਹਿੰਦੇ ਸਿੰਘ ਵਿਚਾਰਾ ਲਾਂਗਰੀ ਬਾਬੇ ਜੀ ਬਾਬੇ ਸੋਹਣ ਸਿੰਘ ਦੀ ਨੰਗ ਸਿੰਘ ਦੀ ਗੁੱਲ ਚਲਾ ਗਿਆ ਜਾ ਕੇ ਕਹਿੰਦਾ ਮਹਾਪੁਰਸ਼ੋ ਮੁਬਾਰਕ ਜੋਗੀ ਬੈਠਾ ਮੈਂ ਬਾਲਟੀ ਢਾਲ ਦੀ ਬਾਤ ਹੀ ਉਹਦਾ ਖੱਪਰ ਭਰਨ ਚ ਨਹੀਂ ਆਉਂਦਾ ਤੇ ਉਲਟਾ ਕਹਿੰਦਾ ਕਹਿੰਦਾ ਸਰਦਾਰ ਜੀ ਮੇਰਾ ਖੱਪਰ ਨਹੀਂ ਭਰ ਸਕੇ ਬਾਬਾ ਜੀ ਨੇ ਖਾਲੀ ਬਾਲਟੀ ਲੈ ਲਈ ਬਾਹਰ ਆ ਗਏ ਆ ਕੇ ਕਹਿਣ ਲੱਗੇ ਹਾਂ ਜੋਗੀ ਜੀ ਕੀ ਬਚਨ ਹੈ ਕਹਿੰਦੇ ਜੀ ਬਚਨ ਕੀ ਆ ਮੇਰਾ ਖੱਪਰ ਨਹੀਂ ਭਰਿਆ ਉਹਨਾਂ ਨੇ ਬਾਬਾ ਜੀ ਨੇ ਖਾਲੀ ਬਾਲਟੀ ਦੇ ਵਿੱਚੋਂ ਥੱਲੇ ਇੱਕ ਦਾਣਾ ਢਾਲ ਦਾ ਚੁੱਕਿਆ ਤੇ ਸਤਨਾਮ ਸ੍ਰੀ ਵਾਇਗੁਰੂ ਕਹਿ ਕੇ ਜੋਗੀ ਦੀ ਉਹ ਖੱਪਰ ਚ ਸਿਰ ਦਿੱਤਾ ਉਹ ਜਿੰਨੀ ਧਾਲ ਸੀ ਨਾ ਉਹ ਸਾਰੀ ਉੱਛਲ ਕੇ ਬਾਹਰ ਡੁੱਲ ਗਈ ਜਿੰਨੀ ਉਹਨੇ ਗੁਪਤ ਕੀਤੀ ਸੀ ਤੇ ਜੋਗੀ ਪੈਰੀ ਪੈ ਗਿਆ ਕਹਿਣ ਲੱਗਾ ਮੈਂ ਸਮਝਦਾ ਸੀ ਗੁਰੂ ਨਾਨਕ ਦੇ ਘਰ ਵਿੱਚ ਹੁਣ ਕੋਈ ਕਰਾਮਾਤ ਨਹੀਂ ਹੋਣੀ ਬਾਬਾ ਸੋਹਣ ਸਿੰਘ ਜੀ ਕਹਿੰਦੇ ਜਿੰਨਾ ਚਿਰ ਚੰਦ ਸੂਰਜ ਰਹੇਗਾ ਸ੍ਰਿਸ਼ਟੀ ਰਹੇਗੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਰਹਿਣਗੀਆਂ ਸੋ ਸਾਧ ਸੰਗਤ ਜੀ ऐसे महापुरुष उस स्थान ਤੇ ਜੱਪ ਤਪ ਕਰਕੇ ਗਏ ਹਨ ਜਿਨ੍ਹਾਂ ਤੋਂ ਬਹੁਤ ਵੱਡੇ ਵੱਡੇ ਮਹਾਪੁਰਸ਼ਾਂ ਨੇ ਵਿਦਿਆ ਪੜ੍ਹੀ ਹੈ ਸ਼ਾਸਤਰ ਵਿਦਿਆ ਦੇ ਬੜੇ ਧਨੀ ਸਨ ਬਾਬਾ ਸੋਹਣ ਸਿੰਘ ਜੀ ਗੁਰਬਾਣੀ ਆਦ ਦਸ਼ਮ ਸਰਬਲੋ ਔਰ ਵੇਦਾਂ ਸ਼ਾਸਤਰਾਂ ਦੇ ਗਿਆਤਾ ਸਨ ਤੇ ਸਾਧ ਸੰਗਤ ਜੀ ਆਯੁਰਵੇਦ ਦੇ ਵੈਦ ਵਿਦਿਆ ਦੇ ਵੀ ਮਾਰ ਸਨ ਉਸ ਸਥਾਨ ਤੇ ਸੇਵਾ ਕੀਤੀ ਗੁਰਦੁਆਰਾ ਟੋਕਾ ਸਾਹਿਬ ਇੱਥੇ ਸਾਧ ਸੰਗਤ ਦੀ ਬੜੇ ਸੁੰਦਰ ਪਹਾੜ ਬੜੀਆਂ ਸੁੰਦਰ ਧਰਤੀ ਬੜਾ ਰਮਣੀਕ ਸਥਾਨ ਹੈ ਤੇ ਸੋਹਣੀ ਜੀ ਨਦੀ ਥੱਲਿਓਂ ਦੀ ਵਗਦੀ ਹੈ ਉਥੇ ਗੁਰੂ ਕੈ ਸਿੰਘਾ ਨੇ ਘੋੜੇ ਬੰਨ ਦਿੱਤੇ ਹਨ ਤੰਬੂ ਲੱਗ ਗਏ ਹਨ ਮਹਾਰਾਜ ਕਲਗੀਧਰ ਪਾਸ਼ਾ ਉੱਚੀ ਚੋਟੀ ਦੇ ਉੱਤੇ ਪਹਾੜ ਦੇ ਉੱਤੇ ਜਾ ਕੇ ਸੁੰਦਰ ਤੰਬੂ ਲਾ ਕੇ ਉਹਦੇ ਵਿੱਚ ਪਲੰਗ ਤੇ ਬੈਠੇ ਹੋਏ ਹਨ ਪੀਰ ਬੁੱਧੂ ਸ਼ਾਹ ਜੀ ਇਸ ਰਮਣੀਕ ਧਰਤੀ ਤੇ ਆ ਕੇ ਬਾਜਾਂ ਵਾਲੇ ਸਤਗੁਰਾਂ ਦੇ ਦਰਸ਼ਨ ਕਰ ਰਹੇ ਹਨ ਸੁੰਦਰ ਪਿਖੇ ਉਸਥਾਨ ਕੋ ਕਛ ਚਾਲਤ ਨੀਰਾ ਆਹ ਬੜਾ ਹੀ ਸੁੰਦਰ ਸਥਾਨ ਹੈ ਤੇ ਥੋੜਾ ਥੋੜਾ ਮਿੱਠਾ ਮਿੱਠਾ ਰੁਮ ਰੁਮ ਕੇ ਚੱਲਣ ਵਾਲਾ ਜਲ ਉਸ ਨਦੀ ਵਿੱਚ ਚੱਲਦਾ ਹੈ ਬੜਾ ਹੀ ਸਾਫ਼ ਸੁਥਰਾ ਜਲ ਹੁੰਦਾ ਬਰਸਾਤਾਂ ਦੇ ਮੌਸਮ ਜਿੱਦੇ ਭਾਵੇਂ ਚਲੋ ਉੱਪਰੋਂ ਪਹਾੜਾਂ ਦਾ ਮਿੱਟੀ ਵਾਲਾ ਪਾਣੀ ਆ ਜਾਵੇ ਪਰ ਜਦੋਂ ਬਰਸਾਤਾਂ ਹਟ ਜਾਂਦੀਆਂ ਨੇ ਫਿਰ ਤਾਂ ਜਲ ਬਹੁਤ ਹੀ ਸੋਹਣਾ ਭਾਵੇਂ ਉਹਨੂੰ ਛਕੋ ਭਾਵੇਂ ਉਹਦੇ ਵਿੱਚ ਇਸ਼ਨਾਨ ਕਰੋ ਇੰਨਾ ਸਾਫ਼ ਸੁਥਰਾ ਜਲ ਚੱਲਦਾ ਹੈ ਤੰਬੂ ਸ਼ਮਿਆਨੇ ਤਨੇ ਕਰਖਾਨ ਰੁਪਾਨਾ ਤੰਬੂ ਸ਼ਮਿਆਨੇ ਲੱਗ ਗਏ ਗੁਰੂ ਕੇ ਲੰਗਰ ਸਜ ਗਏ ਹਨ ਤੇ ਮਹਾਪੁਰਸ਼ਾ ਗੁਰੂ ਕੇ ਸਿੱਖਾਂ ਨੇ ਲੰਗਰ ਛਕਿਆ ਹੈ ਅਸ ਕਲਗੀਧਰ ਪਾਤਸ਼ਾਹ ਜੀ ਨੇ ਲੰਗਰ ਛਕਿਆ ਹੈ ਸੁਪਤਿ ਜਥਾ ਸੁਖ ਨਹਿਸਮ ਹੈ ਸ੍ਰਮ ਸਭ ਕੋ ਹਾਨਾ ਰਾਤ ਨੂੰ ਸੁਖ ਨਾਲ ਸੁੱਤੇ ਹਨ ਟੋਕਾ ਸਾਹਿਬ ਦੀ ਧਰਤੀ ਤੇ ਤੇ ਸਾਰਿਆਂ ਨੇ ਆਪਣਾ ਸਕੇਵਾਂ ਦੂਰ ਕੀਤਾ ਹੈ ਅੰਮ੍ਰਿਤ ਵੇਲੇ ਜਾਗ ਕਰ ਗੁਰ ਸੋਚ ਸਨਾਨੇ ਅੰਮ੍ਰਿਤ ਵੇਲੇ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਸਵਾ ਪਹਿ ਰਾਤ ਰੇਂਦੀ ਉਠਿਆ ਕਰਦੇ ਸਨ ਅੰਮ੍ਰਿਤ ਵੇਲੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਪਾਣੀ ਗਏ ਹਨ ਇਸ਼ਨਾਨ ਕੀਤਾ ਹੈ ਨਦੀ ਦੇ ਵਿੱਚ ਆਨੰਦ ਚੰਦ ਸੋ ਤਵ ਪ੍ਰਭੂ ਐਮ ਬੈ ਨਭਖਾਨੇ ਤੇ ਨਿਤਨੇਮ ਤੋਂ ਬੇਲੇ ਹੋ ਕੇ ਸਤਗੁਰੂ ਦੀਵਾਨ ਆਨੰਦ ਚੰਦ ਜੀ ਨੂੰ ਆਪਣੇ ਕੋਲ ਬੁਲਾਇਆ ਹੈ ਤੇ ਕਲਕੀਆਂ ਵਾਲੇ ਬਾਦਸ਼ਾਹ ਦੀਵਾਨ ਜੀ ਨੂੰ ਕਹਿੰਦੇ ਹਨ ਤੇਰਾ ਸਗਰੋ ਤੋਰੀ ਹੈ ਅਰ ਕਾਇਲ ਜੀਤੇ ਮਹਾਰਾਜ ਕਹਿੰਦੇ ਦੀਵਾਨ ਜੀ ਆ ਜਿੰਨਾ ਆਪਣੇ ਨਾਲ ਡੇਰਾ ਹੈ ਨਾ ਵਹੀਰ ਹੈ ਮਾਤਾ ਜੀ ਹਨ ਮਾਤਾ ਗੁਜਰੀ ਜੀ ਹੋਰ ਜਿਹੜਾ ਜ਼ਖਮੀ ਹਨ ਜਿਹੜੇ ਖਾਸ ਕਰਕੇ ਜਿਨ੍ਹਾਂ ਨੂੰ ਸੱਟਾਂ ਲਗੀਆਂ ਹੋਈਆਂ ਹਨ ਉਹਨਾਂ ਨੂੰ ਆਪਾਂ ਆਨੰਦਪੁਰ ਸਾਹਿਬ ਭੇਜ ਦਈਏ ਹੁਣੇ ਹੀ ਤੋਰ ਦਈਏ ਕਿਉਂਕਿ ਆਪਾਂ ਨੂੰ ਹੋ ਸਕਦਾ ਇੱਥੇ ਕੁਝ ਸਮਾਂ ਲੱਗ ਜਾਵੇ ਰਾਜੇ ਨੂੰ ਢੀਕਣਾ ਹੈ ਰਾਜੇ ਨੇ ਆਉਣਾ ਹੈ ਤੇ ਜੇ ਆਪਾਂ ਜ਼ਖਮੀਆਂ ਨੂੰ ਇੱਥੇ ਰੱਖਾਂਗੇ ਇਸ ਜੰਗਲ ਵਿੱਚ ਪੂਰਾ ਆਰਾਮ ਨਹੀਂ ਮਿਲੇਗਾ ਘਰ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਜ਼ਖਮੀਆਂ ਦੀ ਸੇਵਾ ਸੰਭਾਲ ਵਧੀਆ ਤਰੀਕੇ ਨਾਲ ਹੋ ਸਕੇਗੀ ਸਾਰਿਆਂ ਨੂੰ ਅੱਗੇ ਭੇਜ ਦਿਓ ਕਛਪਟ ਰੱਖੋ ਸੰਗਮਹਿ ਸਭ ਠਲਹਿ ਅਗੇ ਤੇ ਆਪਣੇ ਨਾਲ ਕੁਝ ਫੌਜ ਰੱਖ ਲਓ ਘੋੜਸਵਾਰ ਯੋਧੇ ਸੂਰਮੇ ਸਿੱਖ ਰੱਖ ਲਓ ਤੇ ਬਾਕੀ ਸਾਰੀ ਵਹਿਰ ਜਿਹੜੀ ਐ ਬੱਚੇ ਬੁੱਢੇ ਸੇਵਾਦਾਰ ਗੁਰੂ ਘਰ ਦੇ ਦਾਸੀਆਂ ਦਾਸ ਟਹਿਲੂਏ ਮਾਤਾ ਜੀ ਹੋਰਾਂ ਨੂੰ ਭੇਜਦੇ ਹੋ ਕੇ ਇਹਾਂ ਦੇਰ ਹਮ ਕੋਲ ਗਹਿ ਕਿ ਤੱਕ ਦਿਨ ਬਸਹਿ ਇੱਥੇ ਕੁਝ ਦਿਨ ਲੱਗ ਜਾਣੇ ਨੇ ਕੁਝ ਦਿਨ ਅਸੀਂ ਇੱਥੇ ਵੱਸਾਂਗੇ ਸਾਨੂੰ ਦੇਰੀ ਹੋ ਜਾਣੀ ਹੈ ਜਿਹੜੇ ਵਿਚਾਰੇ ਜ਼ਖਮੀ ਹਨ ਜਿਨ੍ਹਾਂ ਨੂੰ ਸੱਟਾਂ ਲਗੀਆਂ ਹੋਈਆਂ ਨੇ ਉਹਨਾਂ ਦੇ ਇਲਾਜ ਵਿੱਚ ਵੀ ਫਿਰ ਦੇਰੀ ਹੋਵੇਗੀ ਚੰਗਾ ਹੋਵੇ ਕਿ ਉਹ ਆਪਣੇ ਘਰ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਆਰਾਮ ਕਰਨ ਜਿੰਨਾ ਚ ਆਰਾਮ ਕਰਨਗੇ ਉਹਨਾਂ ਛੇਤੀ ਰਾਜੀ ਹੋ ਜਾਣਗੇ ਕੋਹ ਜਹ ਅਬਰ ਆਨੰਦ ਪਰ ਥਿਤ ਲਹ ਹੈ ਆਵਾਸ ਹੈ ਮਹਾਰਾਜ ਕਹਿੰਦੇ ਆਪਣੇ ਘਰ ਵਿੱਚ ਸੁੱਖ ਲੈਣਗੇ ਕਿਉਂਕਿ ਆ ਬਿਨਾਸੀ ਸੁੱਖ ਆਪਨ ਆਸਨ ਕਹਿੰਦੇ ਆਪਣੇ ਆਸਨ ਵਰਗਾ ਆਨੰਦ ਨਹੀਂ ਹੁੰਦਾ ਬਗਾਨਾ ਘਰ ਭਾਵੇਂ ਜਿੰਨਾ ਮਰਜ਼ੀ ਚੰਗਾ ਸੋਨੇ ਦਾ ਬਣਿਆ ਹੋਵੇ ਆਪਣੀ ਅੱਖਾਂ ਦੀ ਕੁੱਲੇ ਵੀ ਉਸ ਤੋਂ ਵਧੀਆ ਹੁੰਦੀ ਹੈ ਮਾਣੇ ਕਹਿੰਦੇ ਆਪਣਾ ਘਰ ਸ੍ਰੀ ਆਨੰਦਪੁਰ ਸਾਹਿਬ ਹੈ ਉੱਥੇ ਚੱਲ ਕੇ ਆਨੰਦ ਲੈਣਗੇ ਜੋਦੇ ਜਿਨ੍ਹਾਂ ਨੂੰ ਸਟਾਂ ਲੱਗੀਆਂ ਹਨ ਸੁਣ ਤ ਹੁਕਮ ਦੀਵਾਨ ਤਬ ਸਭ ਹੁਨੇ ਸੁਨਾਇਆ ਦੀਵਾਨ ਆਨੰਦ ਚੰਦ ਕਲਗੀਧਰ ਪਿਤਾ ਜੀ ਦਾ ਹੁਕਮ ਸੁਣ ਕੇ ਸਾਰਿਆਂ ਨੂੰ ਸੁਣਾ ਦਿੱਤਾ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਭਾਈ ਗੁਰੂ ਸਾਹਿਬ ਇੱਥੇ ਰਹਿਣਗੇ ਕੁਝ ਸਮਾਂ ਤੇ ਸਾਰੀਆਂ ਵਹੀਰਾਂ ਮਾਤਾ ਜੀ ਹੋਰਾਂ ਦੇ ਨਾਲ ਔਰ ਗੁਰੂ ਕੀ ਆਪ ਕੁਝ ਫੌਜਾਂ ਤੇ ਬਾਕੀ ਇਹ ਸਾਰੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਰਹੋ ਕਹਿ ਤਿਆਰੀ ਕਰ ਸਬਰ ਕੀ ਤਤਕਾਲ ਚੜਾਇਆ ਕਹਿ ਕੇ ਸਾਰਿਆਂ ਨੂੰ ਗੱਡਿਆਂ ਰੇੜਿਆਂ ਖੱਜੜਾਂ ਤੇ ਸਮਾਨ ਲੱਦ ਕੇ ਊਂਟਾਂ ਨੂੰ ਇਹ ਫਿਰ ਚਾਲੇ ਪਵਾ ਦਿੱਤੇ ਹਨ ਬਾਤਲ ਪ੍ਰਭੂ ਕਿਰਪਾਲ ਕੋ ਸੌਂਪਿਓ ਸਭ ਡੇਰਾ ਤੇ ਮਹਾਰਾਜ ਨੇ ਆਪਣੇ ਮਾਮਾ ਜੀ ਕਿਰਪਾਲ ਚੰਦ ਜੀ ਨੂੰ ਕਿਹਾ ਹੈ ਮਾਮਾ ਜੀ ਤੁਸੀਂ ਇਸ ਵਹੀਰ ਦੇ ਆਗੂ ਬਣ ਕੇ ਜਾਣਾ ਹੈ ਇਹ ਡੇਰਾ ਤੁਹਾਨੂੰ ਸੌਂਪਿਆ ਹੈ ਡੇਰਾ ਦਾ ਮਤਲਬ ਵਹੀਰ ਹੀ ਹੁੰਦਾ ਜਿਹਦੇ ਵਿੱਚ ਲੱਦਿਆ ਹੋਇਆ ਸਮਾਨ ਵੀ ਹੁੰਦਾ ਜਿਹਦੇ ਵਿੱਚ ਬੀਬੀਆਂ ਬੱਚੇ ਬੁੱਢੇ ਪਰਿਵਾਰ ਹੁੰਦਾ ਉਹ ਸਾਰਾ ਡੇਰਾ ਮਹਾਰਾਜ ਕਹਿੰਦੇ ਮਾਮਾ ਜੀ ਤੁਸੀਂ ਆਨੰਦਪੁਰ ਸਾਹਿਬ ਲੈ ਜਾਓ ਮਗਨ ਹੈ ਅਰ ਪਰ ਪਹੁੰਚ ਕਰ ਪ੍ਰਤਪਾਲ ਬਡੇਰਾ ਮਾਰੇ ਕਹਿੰਦੇ ਰਸਤੇ ਵਿੱਚ ਵੀ ਮਾਮਾ ਜੀ ਸਾਰਿਆਂ ਦਾ ਖਿਆਲ ਰੱਖਿਆ ਜੇ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਤੇ ਜਦੋਂ ਆਨੰਦਪੁਰ ਸਾਹਿਬ ਚਲੇ ਜਾਓ ਤੇ ਉੱਥੇ ਖਾਸ ਕਰਕੇ ਮਰੀਜ਼ਾਂ ਦਾ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਜ਼ਖਮ ਲੱਗੇ ਜ਼ਖਮੀਆਂ ਦਾ ਖਿਆਲ ਕਰਿਆ ਜੇ ਚੇਤੀ ਰਾਜੀ ਹੋ ਜਾਣਗੇ ਜਥਾ ਜੋਗ ਸਭ ਹੂਨ ਕੀ ਸੁਦਨਿਤ ਬਦਲੀ ਜ ਮਾਮਾ ਜੀ ਸਾਰਿਆਂ ਕੋਲ ਜਾ ਜਾ ਕੇ ਰੋਜ਼ ਖਬਰ ਲਿਆ ਜੇ ਕਿਸੇ ਸੂਰਮੇ ਨੂੰ ਕਿਸੇ ਜ਼ਖਮੀ ਨੂੰ ਕੋਈ ਸ਼ਿਕਾਇਤ ਨਾ ਹੋਵੇ ਵੀ ਮੇਰੀ ਬਾਤ ਨਹੀਂ ਪੁੱਛੀ ਮੇਰਾ ਪਤਾ ਨਹੀਂ ਕੀਤਾ ਕਾਇਲ ਨਿਕਟੇ ਚ ਰਾਹੋ ਕੋ ਸੁਧੇਤ ਪਠੀਜਾਂ ਕਹਿੰਦੇ ਜਿਹੜੇ ਜ਼ਿਲਾ ਹਨ ਉਹਨਾਂ ਨੂੰ ਕਹਿੰਦੇ ਰਹਿਣਾ ਵੀ ਸਾਰੇ ਜ਼ਖਮੀਆਂ ਦੀ ਮਲਮ ਪੱਟੀ ਟਾਈਮ ਨਾਲ ਕਰਦੇ ਰਹਿਣ ਜਿਹੜੇ ਮਲਮ ਪੱਟੀ ਕਰਦੇ ਨਾ ਜਿਹੜੇ ਲੱਗੀ ਹੋਈ ਗੋਲੀ ਜ਼ਖਮ ਸਰੀਰ ਦੇ ਵਿੱਚੋਂ ਕੱਢਦੇ ਆਪਰੇਸ਼ਨ ਕਰਕੇ ਅੱਜ ਕੱਲ ਤਾਂ ਬਹੁਤ ਜ਼ਿਆਦਾ ਵਧੀਆ ਸਾਧਨ ਹੋ ਗਏ ਨੇ ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਬੜਾ ਔਖਾ ਹੁੰਦਾ ਸੀ ਸੱਟਾਂ ਲੱਗੀਆਂ ਹੋਣੀਆਂ ਜਿਹੜਾ ਹਾਂ ਨੇ ਮਲਮ ਪੱਟੀ ਕਰਕੇ ਦਾਜੀ ਕਰਨਾ ਜੇ ਗੋਲੀ ਲੱਗੀ ਹੋਣੀ ਤਾਂ ਗਰਮ ਚੁਰੀ ਦੇ ਨਾਲ ਚੱਕ ਗਰਮ ਕਰਕੇ ਉਹ ਜ਼ਖਮ ਦੇ ਵਿੱਚੋਂ ਜੋਦੇ ਨੂੰ ਕੋਈ ਐਸਾ ਪਦਾਰਥ ਛਕਾ ਦੇਣਾ ਵੀ ਜਿਹਨ ਦਰਦਨਾ ਹੋਵੇ ਤੇ ਉਹ ਫਿਰ ਵਿੱਚੋਂ ਉਹਨੂੰ ਕੱਢ ਕੇ ਤੇ ਫੇਰ ਉਹਨੂੰ ਰਾਜੀ ਕਰਨਾ ਮਾਰੇ ਕਹਿੰਦੇ ਜਰਾਹਾਂ ਨੂੰ ਕਹੋ ਵੀ ਸਾਡੇ ਸਾਰੇ ਸਿੱਖਾਂ ਦੀ ਮਲਮ ਪੱਟੀ ਟਾਈਮ ਸਿਰ ਕਰਦੇ ਰਹਿਣ ਤੁਮ ਸਿਆਣੇ ਸਭ ਜਗਤ ਮਹਿ ਮਗ ਚਲੀ ਇਹ ਥੋੜਾ ਏ ਮਾਮਾ ਜੀ ਤੁਸੀਂ ਸਾਰਿਆਂ ਚੋਂ ਸਿਆਣੇ ਹੋ ਇਸ ਕਰਕੇ ਬੇਨਤੀ ਹੈ ਕਿ ਥੋੜਾ ਸਫਰ ਕਰਿਆ ਜੀ ਇਹ ਨਾ ਹੋਵੇ ਵੀ ਆਪਾਂ ਕਾਲੀ ਦਿਨਾਂ ਵੀ ਛੇਤੀ ਪਹੁੰਚਣਾ ਹੈ ਤੇ 100 150 50 ਮੀਲ ਦਾ ਦੂਰ ਦਾ ਪੜਾਅ ਕਰੋ ਤਾਂ ਕਿ ਉਹ ਜਿਹੜੇ ਮਰੀਜ਼ ਹਨ ਉਹਨਾਂ ਕੋਲੋਂ ਇੰਨਾ ਸਫਰ ਹੋ ਨਾ ਸਕੇ ਕਿਸੇ ਨੂੰ ਕੋਈ ਖੇਚੜ ਵੱਧ ਜਾਵੇ ਇਸ ਕਰਕੇ 20 ਕਮੀਰ ਵੱਤ ਤੋਂ ਵੱਧ ਰੋਜ਼ ਤੁਰ ਲਿਆ ਕਰੋ 10 15 ਮੀਲ 20 ਮੀਲ ਤੁਰ ਕੇ ਰਾਤ ਕੱਟੀ ਜ਼ਖਮੀਆਂ ਦਾ ਇਲਾਜ ਕੀਤਾ ਫਿਰ ਹੌਲੇ ਹੌਲੇ ਤੁਰਦੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਓ ਜਿਸ ਤੇ ਬਹੁ ਸ਼ਰਮ ਪਾਏ ਨਹੀਂ ਨਹੀਂ ਆਪ ਤੇ ਜੋਰਾ ਇੱਕ ਤਾਂ ਨਾ ਤਾਂ ਸੂਰਮਿਆਂ ਨੂੰ ਧੁੱਪ ਸਤਾਵੇ ਬਹੁਤੀ ਦੁਪਹਿਰੀ ਨਾ ਤੁਰਨਾ ਪਵੇ ਸੰਡੇ ਟੰਡੇ ਸਵੇਰੇ ਸਵੇਰੇ ਤੁਰਪੇ 10 11 ਵਜੇ ਜਿੱਥੇ ਧੁੱਪ ਜ਼ਿਆਦਾ ਹੋਵੇ ਉੱਥੇ ਕਿਤੇ ਛਾਂ ਵੇਖ ਕੇ ਪੜਾਹ ਕਰ ਲਿਆ ਤੇ ਫੇਰ ਅਗਲੇ ਦਿਨ ਚਾਲੇ ਪਾਓ ਜੇ ਸ਼ਾਮ ਨੂੰ ਤੁਰਨਾ ਹੈ ਤਾਂ ਵੀ ਦੁਪਹਿਰੇ ਘੱਟੋ ਘੱਟ 2 4 ਘੰਟੇ ਆਰਾਮ ਕਰਾ ਕੇ ਫੇਰ ਤੁਰਨਾ ਹੈ ਤਾਂ ਕਿ ਕੋਈ ਬਿਮਾਰ ਨਾ ਹੋ ਜਾਵੇ ਗਰਮੀ ਕਰਕੇ ਤੁਨ ਭਗਨੀ ਸਤ ਹੁਕਮ ਕੋ ਹੋਏ ਤਿਆਰ ਪਿਆਨਾ ਆਪਣੇ ਪਿਆਰੇ ਭਾਣ ਜੇ ਬਾਜਾਂ ਵਾਲੇ ਤਾਜਾਂ ਵਾਲੇ ਕਲਗੀਆਂ ਵਾਲੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਵਹੀਰ ਲੈ ਕੇ ਚਾਲੇ ਪਾ ਦਿੱਤੇ ਹਨ ਸਗਰੋ ਸੁਭਰ ਸੰਭਾਰ ਕੈ ਸੁਧ ਹਿਤ ਸਬਦਾਨਾ ਔਰ ਆਪ ਡੇਰਾ ਗੁਰੂ ਕਾ ਵਹੀਰ ਸਾਰੀ ਲੈ ਕੇ ਸਾਬ ਧਾਨ ਹੋ ਕੇ ਚੱਲ ਪਏ ਹਨ ਸਨੇ ਸਨੇ ਮਾਰਗ ਪਰਯੋ ਮਗ ਅਲਪ ਚਲੰਤਾ ਮਾਮਾ ਕਿਰਪਾਲ ਚੰਦ ਜੀ ਬੜੇ ਹੀ ਸਿਆਣੇ ਸਮਝਦਾਰ ਸਨ ਹੌਲੇ ਹੌਲੇ ਪੜਾਂ ਤਰਪੜਾਂ ਤੁਰਦੇ ਹਨ ਉਤਰਹਿ ਤੇ ਪਿਸ ਰਾਮ ਕੇ ਸਰਦਸਾ ਬੇਨ ਲਹੰਤਾ 어 ਜਿੱਥੇ ਵੀ ਸਾਥ ਸੰਗਤ ਜੀ ਥਕਾਵਟ ਮਹਿਸੂਸ ਹੁੰਦੀ ਹੈ ਜਿੱਥੇ ਲੱਗਦਾ ਵੀ ਹੁਣ ਸਫਰ ਨਹੀਂ ਕਰਨ ਦਾ ਉਥੇ ਰੋਕ ਲੈਂਦੇ ਨੇ ਤੇ ਸਾਰੇ ਜ਼ਖਮੀਆਂ ਦੀ ਮਲਮ ਪੱਟੀ ਕਰਵਾਉਂਦੇ ਨੇ ਖਾਣ ਪਾਣ ਪੋਖਣ ਕਰਹਿ ਦਿਨ ਹੋਤ ਪਿਆਨ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਸ਼ਕਾਉਂਦੇ ਨੇ ਰਾਤ ਆਰਾਮ ਕਰਦੇ ਨੇ ਜਦੋਂ ਸਵੇਰ ਹੁੰਦੀ ਹੈ ਫਿਰ ਚਾਲਾ ਪਾਉਂਦੇ ਨੇ ਕ੍ਰਮ ਕ੍ਰਮ ਕਰ ਮਗ ਉਲੰਘ ਕਰ ਪਹੁੰਚੇ ਨਿਜ ਥਾਨੇ ਔਰ ਸਟੈਪ ਬਾਈ ਸਟੈਪ ਕਦਮ ਦਰ ਕਦਮ ਤੁਰਦੇ ਹੋਏ ਆਪਣੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਜਾ ਪਹੁੰਚੇ ਨੇ ਜਥਾ ਜੋਗ ਕਹੇ ਸਭਨ ਕੋ ਕਰਵਾਏ ਡੇਰੇ ਜਥਾ ਜੋਗ ਜੈਸੀ ਜੈਸੀ ਥਾਂ ਯੋਗ ਸਮਝੀ ਹੈ ਉਥੇ ਉਥੇ ਸਾਰਿਆਂ ਦੇ ਡੇਰੇ ਕਰਵਾਏ ਹਨ ਫੌਜਾਂ ਦੇ ਡੇਰੇ ਕਰਵਾਏ ਹਨ ਜਖਮੀਆਂ ਦੇ ਡੇਰੇ ਕਰਵਾਏ ਹਨ ਪਰਿਵਾਰਾਂ ਦੇ ਡੇਰੇ ਕਰਵਾਏ ਹਨ ਨਿਤ ਪ੍ਰਥਲੇ ਸਦ ਸਭ ਨੇ ਕੀ ਦੇ ਆਨੰਦ ਕਨੇਰੇ ਔਰ ਸਾਰਿਆਂ ਦੀ ਖਬਰ ਲਈ ਹੈ ਸਾਰਿਆਂ ਦਾ ਹਾਲ ਚਾਲ ਪੁੱਛਿਆ ਸਾਰਿਆਂ ਨੂੰ ਸੁੱਖ ਦਿੱਤਾ ਹੈ ਸੁਨੋ ਗੁਰੂ ਕੀ ਬਾrota ਤਹ ਝੜੇ ਅਖੇਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਸੁਣੋ ਟੋਕਾ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਜੀ ਰੁਕੇ ਹੋਏ ਨੇ ਉਥੇ ਸਤਗੁਰੂ ਜੀ ਰੋਜ਼ ਸ਼ਿਕਾਰ ਖੇਡਣ ਚੜਦੇ ਨੇ ਸੁਨੋ ਮਨਪਾਵਦ ਕਾਨਨ ਫਰੇ ਸੁੰਦਰ ਥਲ ਹੈਰਾ ਜੰਗਲ ਬੜਾ ਸੁੰਦਰ ਹੈ ਵਾਲੇ ਦਿਵਾਲੇ ਰਮਣੀਕ ਧਰਤੀ ਹੈ ਮਹਾਰਾਜ ਮਨ ਭਾਉਂਦੇ ਕੌਤਕ ਕਰਦੇ ਹਨ ਆਨੇਕ ਮਿਰਗਾ ਨੇ ਝੰਖਾਰ ਬੜ ਗਨਸ ਸੇ ਪ੍ਰਹਾਰੇ ਔਰ ਸੱਚੇ ਪਾਤਸ਼ਾਹ ਜੀ ਮਿਰਗਾ ਦਾ ਝੰਖਾਰਾਂ ਦਾ ਕਰਗੋਸ਼ਾਂ ਦਾ ਸ਼ਿਕਾਰ ਖੇਡਦੇ ਹਨ ਰਾਜ ਰਖੀ ਸਮ ਸਤਿਗੁਰੂ ਨਿਜ ਧਰਮ ਸੰਭਾਰੇ ਇਹ ਰਾਜ ਰਖੀਆਂ ਦੀ ਮਰਿਆਦਾ ਹੈ ਅੱਜ ਕੱਲ੍ਹ ਸਾਧ ਸੰਗਤ ਜੀ ਆ ਨਵੇਂ ਗਿਆਨੀ ਕਹਿੰਦੇ ਪਸੂਰਜ ਪ੍ਰਕਾਸ਼ ਗ੍ਰੰਥ ਵਿੱਚ ਆ ਲਿਖਿਆ ਉਹ ਲਿਖਿਆ ਹੈ ਇਹਨਾਂ ਨੂੰ ਉਸ ਸਮੇ ਦਾ ਹਾਲਾਤ ਨਹੀਂ ਪਤਾ ਮਹਾਰਾਜ ਸੱਚੇ ਪਾਤਸ਼ਾਹ ਮਾਲਾ ਫੇਰਨ ਵਾਲੇ ਸਾਧ ਨਹੀਂ ਸਨ ਉਹ ਤਾਂ ਅਬ ਬਾਣੀ 'ਚ ਲਿਖਦੇ ਛਤਰੀ ਕੋ ਪੂਤ ਹਾਂ ਬ੍ਰਾਹਮਣ ਕੋ ਨਹਿ ਮੈਂ ਬਾਂਮੜਾ ਦਾ ਪੁੱਤਰ ਹੀ ਨਹੀਂ ਛਤਰੀ ਦਾ ਪੁੱਤਰ ਹਾਂ ਸ਼ਿਕਾਰ ਖੇਡਣਾ ਝਟਕਾ ਕਰਨਾ ਜੰਗ ਲੜਨਾ ਇਹ ਛਤਰੀਆਂ ਦਾ ਧਰਮ ਹੈ ਛਤਰੀ ਆਪਣਾ ਧਰਮ ਕਿਵੇਂ ਛੱਡ ਦੇਣ ਜੇ ਬ੍ਰਾਹਮਣ ਆਪਣਾ ਧਰਮ ਨਹੀਂ ਛੱਡਦੇ ਛਤਰੀ ਕਿਉਂ ਛੱਡਣ ਤੋਂ ਅੱਜ ਕੱਲ ਸਾਡੇ ਵਿੱਚ ਬ੍ਰਾਹਮਣਵਾਦ ਜ਼ਿਆਦਾ ਵਾਂਡ ਦਿੱਤਾ ਗਿਆ ਛਤਰੀ ਧਰਮ ਸਾਡੇ ਵਿੱਚੋਂ ਖੋਹ ਲਿਆ ਗਿਆ ਮਹਾਰਾਜ ਛਤਰੀ ਸਾਹ ਕਰ ਗਿਦਰ ਪਾਛ ਦਸੇ ਪਾਛ ਆਈ ਛਤਰੀ ਸਾਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦਸਾਂ ਦਾ ਜਨਮ ਵੀ ਛਤਰੀ ਕੂਲ ਵਿੱਚ ਹੀ ਹੋਇਆ ਹੈ ਤੇ ਛਤਰੀਆਂ ਵਾਲੀ ਮਰਿਆਦਾ ਪਾਲੀ ਹੈ ਤੇ ਇਸ ਕਰਕੇ ਸ਼ਿਕਾਰ ਖੇਡਦੇ ਸਨ ਤੇ ਮਹਾਰਾਜ ਤਿਆਰ ਬਰ ਤਿਆਰ ਕਹਿੰਦੇ ਹਰ ਵੇਲੇ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਤੇ ਇਹ ਮਰਿਆਦਾ ਛਤਰੀਆਂ ਦੀ ਆਨਾਦੀ ਕਾਲ ਤੋਂ ਚੱਲੀ ਆਉਂਦੀ ਹੈ ਪ੍ਰੌਲਾਦ ਭਗਤ ਜੀ ਹੋਏ ਨੇ ਬ੍ਰਹਮ ਗਿਆਨੀ ਜਿਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਜ਼ਿਕਰ ਆਉਂਦਾ ਤਰੂ ਪ੍ਰੌਲਾਦ ਜੱਪਿਓ ਹਰ ਜੈਸੇ ਕਹਿੰਦੇ ਜਦੋਂ ਪ੍ਰਲਾਦ ਜੀ ਬਜ਼ੁਰਗ ਹੋ ਗਏ ਤੇ ਆਪਣੇ ਪੁੱਤਰ ਵਿਰੋਚਨ ਨੂੰ ਆਪਣੀ ਗੱਦੀ ਜਿਹੜੀ ਸੀ ਨਾ ਉਹ ਦੇਣੀ ਸੀ ਅਗਾਹ ਨੂੰ ਬਾਦਸ਼ਾਹ ਬਣੇਗਾ ਮੇਰੇ ਤੋਂ ਬਾਅਦ ਤੇ ਆਪਣੇ ਕਲ ਗੁਰੂ ਸ਼ੁਕਰਾਚਾਰਿਆ ਨੂੰ ਕਿਹਾ ਵੀ ਮੇਰੇ ਪੁੱਤਰ ਦਾ ਰਾਜ ਤਿਲਕ ਕਰ ਦਿਓ ਜਦੋਂ ਉਹ ਕਰਨ ਲੱਗੇ ਤੇ ਉਹਨਾਂ ਦਾ ਸਾਰਾ ਕੁਝ ਪੂਜਾ ਪਾਠ ਜੋ ਵੀ ਹੁੰਦਾ ਕਰਕੇ ਤੇ ਉਸ ਵਿਰੋਚਨ ਨੇ ਆਪਣੇ ਪਿਤਾ ਨੂੰ ਪੁੱਛਿਆ ਪਿਤਾ ਜੀ ਵੀ ਮੈਨੂੰ ਦੱਸੋ ਮੈਂ ਕੰਮ ਕਿੱਥੋਂ ਸ਼ੁਰੂ ਕਰਨਾ ਹੈ ਰਾਜਕਾਜ ਦਾ ਜੋ ਵਲੀਅਤ ਦਾ ਵੱਡੇ ਪੁੱਤਰ ਦਾ ਕੰਮ ਹੁੰਦਾ ਨਾ ਟਿੱਕਾ ਸਾਹਿਬ ਦਾ ਉਹ ਮੈਂ ਕਿੱਥੋਂ ਸ਼ੁਰੂ ਕਰਨਾ ਤੇ ਪ੍ਰਲਾਦ ਜੀ ਕਹਿੰਦੇ ਪੁੱਤਰ ਆਪਣੇ ਪਿਤਾ ਜੀ ਨੂੰ ਪੁੱਛ ਲਓ ਆਪਣੇ ਗੁਰੂ ਜੀ ਨੂੰ ਪੁੱਛ ਲਓ ਗੁਰੂ ਜੀ ਕੋਲ ਬੈਠੇ ਜਨ ਸ਼ੁਕਰਾਚਾਰਿਆ ਕਿਉਂਕਿ ਇਹ ਮਰਜ਼ਾਦਾ ਤਾਂ ਦੱਸਣੀ ਗੁਰੂ ਦਾ ਕੰਮ ਹੁੰਦਾ ਨਾ ਤੋਂ ਪਿਤਾ ਦਾ ਹੁਕਮ ਪਾ ਕੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ ਵਿਰੋਚਨ ਨੇ ਕਹਿਣ ਲੱਗੇ ਗੁਰੂਦੇਵ ਜੀ ਇਹ ਦੱਸੋ ਬੀ ਮੈਂ ਹੁਣ ਟਿੱਕਾ ਬਣ ਗਿਆ ਯਾਨੀ ਪਿਓ ਦਾ ਵੱਡਾ ਪੁੱਤਰ ਬਲੀਐਦ ਵੀ ਕਹਿੰਦੇ ਜਿਹੜਾ ਬਾਅਦ ਵਿੱਚ ਬਾਦਸ਼ਾਹ ਦੇ ਪਿਓ ਦੇ ਮਰਨ ਤੋਂ ਬਾਅਦ ਰਾਜਾ ਬਣੇਗਾ ਤੇ ਮੈਂ ਹੁਣ ਆਪਣੀ ਜਿਹੜੀ ਡਿਊਟੀ ਆ ਕਿੱਥੋਂ ਸ਼ੁਰੂ ਕਰਨੀ ਆ ਤਾਂ ਸ਼ੁ크ਰਾਚਾਰਿਆ ਕਹਿਣ ਲੱਗੇ ਪੁੱਤਰ ਤੂੰ ਸ਼ਿਕਾਰ ਖੇਡਣ ਤੋਂ ਸ਼ੁਰੂ ਕਰਨੀ ਇਹ ਸੁਣ ਕੇ ਪ੍ਰਿਲਾਦ ਜੀ ਕਿਉਂ ਭਗਤ ਸਨ ਸਾਧੂ ਬਿਰਤੀ ਵਾਲੇ ਮਹਾਪੁਰਸ਼ ਸਨ ਥੋੜਾ ਜਿਹਾ ਹੈਰਾਨ ਹੋਏ ਕਹਿਣ ਲੱਗੇ ਗੁਰਦੇਵ ਮੇਰੇ ਬੱਚੇ ਨੂੰ ਕੀ ਸਿਖਾ ਰਹੇ ਹੋ ਉਹ ਕਹਿਣ ਲੱਗੇ ਰਾਜਨ ਤੁਸੀਂ ਬਨਾਮ ਜੱਪਣ ਵਾਲੇ ਸਾਧੂ ਬਿਰਤੀ ਵਾਲੇ ਮਹਾਪੁਰਸ਼ ਸੀ ਤੁਸੀਂ ਬੰਦਗੀ ਕੀਤੀ ਹੈ ਠੀਕ ਹੈ ਪਰ ਰਾਜਿਆਂ ਨੂੰ ਸ਼ਿਕਾਰ ਖੇੜੇ ਬਿਨਾ ਮਰਜ਼ਾਦਾ ਨਹੀਂ ਚੱਲਦੀ ਉਹ ਜੰਗ ਵੀ ਕਰਨਾ ਜੁੱਧ ਵੀ ਕਰਨਾ ਜੁੱਧ ਦੀ ਟ੍ਰੇਨਿੰਗ ਜਿਹੜੀ ਹੈ ਉਹ ਸ਼ਿਕਾਰ ਤੋਂ ਸ਼ੁਰੂ ਹੁੰਦੀ ਹੈ ਜਿਹਨੇ ਕਦੀ ਸ਼ਿਕਾਰ ਹੀ ਨਹੀਂ ਕੀਤਾ ਜਿਹਨੇ ਕਦੀ ਆ ਚੰਕਾ ਕਰਨ ਵਾਲੇ ਕਹਿੰਦੇ ਨਾ ਹਜੂਰ ਸਾਹਿਬ ਬੱਕਰਾ ਝਟਕਾਉਂਦੇ ਐ ਅਸੇ ਜੀ ਧਿਆਨ ਸਿੰਘ ਦਲਾਂ ਵਿੱਚ ਬੱਕਰੇ ਵੱਢੀ ਜਾਂਦੇ ਐ ਖਾਲਸਾ ਦੀਏ ਆਪਣੇ ਆਪ ਨਹੀਂ ਵੱਢਦੇ ਇਹ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਸੇ ਨੂੰ ਵੀਰਤਾ ਬਖਸ਼ੀ ਹੋਈ ਹੈ ਜਿਹਨੂੰ ਮਿਰਚਾਂ ਲੱਗਦੀਆਂ ਲੱਗੀ ਜਾਣ ਪਰ ਮਰਜ਼ਾਦਾ ਇਹੀ ਹੈ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਬੰਦੇ ਬਹਾਦਰ ਦੇ ਡੇਰੇ ਜਾ ਕੇ ਸਭ ਤੋਂ ਪਹਿਲਾਂ ਕਿਹਾ ਚਟੰਗੇ ਛੜਟਾਓ ਇਹਦੇ ਬਾਬੇ ਮਹਾਰਾਜ ਦਸਵੇਂ ਪਾਤਸ਼ਾਹ ਗੁਲਾਬੇ ਮਸੰਦ ਦੇ ਘਰ ਵੀ ਜਾਣਗੇ ਤੇ ਗੁਲਾਬਾ ਕਹੇਗਾ ਮਹਾਰਾਜ ਰਾਤ ਨੂੰ ਲੰਗਰ ਕੀ ਛਕਣਾ ਮਹਾਰਾਜ ਕਹਿੰਦੇ ਚਟੰਗਾ ਹਾਜ਼ਰ ਕਰ ਆਮਿਕ ਆਨੋ ਚਾਮਿਕ ਝਟਕੇ ਨੇ ਜਪਾਨ ਆਪ ਝਟਕਾਵਾਂਗੇ ਤੇ ਆਪ ਛਕਾਂਗੇ ਸੋ ਖਾਲਸਾ ਜੀ ਇਹ ਸ਼ਸਤਰਧਾਰੀਆਂ ਦੀ ਟ੍ਰੇਨਿੰਗ ਇਥੋਂ ਸ਼ੁਰੂ ਹੁੰਦੀ ਆ ਜਿਵੇਂ ਆਪਾਂ ਬਹੁਤ ਵੱਡੇ ਗ੍ਰੰਥ ਪੜ੍ਹਨੇ ਹੋਣ ਪਹਿਲਾਂ ਊੜਾੜਾ ਸਿੱਖਣਾ ਪੈਂਦਾ ਜੇ ਰਾਗ ਵਿਦਿਆ ਸਿੱਖਣੀ ਹੋਵੇ ਤਾਂ ਪਹਿਲਾਂ ਸਾਰੇ ਗਾਮਾ ਸਿੱਖਣੀ ਪੈਂਦੀ ਹੈ ਜਿਹਨੂੰ ਸਰਗਮ ਨਹੀਂ ਆਉਂਦੀ ਉਹ ਸ੍ਰੀ ਰਾਗ ਕੀ ਗਾਏਗਾ ਜਿਹਨੂੰ ਖੜਿਆ ਹੋਇਆ ਬੱਕਰਾ ਨਹੀਂ ਝਟਕਾਇਆ ਗਿਆ ਉਹ ਜੰਗ ਦੇ ਵਿੱਚ ਦੁਸ਼ਮਣ ਦਾ ਸਿਰ ਕਿਵੇਂ ਲਾਏਗਾ ਇਸ ਕਰਕੇ ਸਤਗੁਰੂ ਸ਼ਿਕਾਰ ਖੇਡਦੇ ਸਨ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੁੰਜੀ ਹੈ ਤੇ ਭਾਈ ਗੁਰਦਾਸ ਜੀ ਛੇਵੇਂ ਪਾਸ਼ਾ ਬਾਰੇ ਲਿਖਦੇ ਹਨ ਮੰਜੀ ਬੈ ਸੰਤੋਖ ਦਾ ਕੁੱਤੇ ਰਖ ਸ਼ਿਕਾਰ ਖੜਾਇਆ ਮਹਾਰਾਜ ਸੱਚੇ ਪਾਸ਼ਾ ਛੇਵੇਂ ਪਾਸ਼ਾ ਸ਼ਿਕਾਰ ਖੇਡਿਆ ਦਸਵੇਂ ਪਾਸ਼ਾ ਸ਼ਿਕਾਰ ਖੇਡਿਆ ਤੇ ਮਹਾਰਾਜ ਨੂੰ ਇਹ ਜਿਹੜੇ ਕਈ ਗੁਰਮੁਖ ਪਿਆਰੇ ਉਹ ਇੱਕ ਪਾਸੇ ਤੇ ਕਹੀ ਜਾਣਗੇ ਬਾਜਾਂ ਵਾਲਾ ਸਤਗੁਰੂ ਤੇ ਦੂਜੇ ਪਾਸੇ ਕਹਿਣਗੇ ਕਿੱਥੇ ਮਹਾਰਾਜ ਨੇ ਕੰਮ ਕੀਤਾ ਉਹ ਮੈਨੂੰ ਪੁੱਛਦਾ ਬਾਜਾਂ ਨੂੰ ਮੰਗੀ ਖਵਾਂਦੇ ਸੀ ਮਹਾਰਾਜ ਜੋ ਬਾਝ ਸਕਦੇ ਉਹੀ ਦੇਣਾ ਸੀ ਨਾ ਸਤਗੁਰਾਂ ਨੇ ਇਸ ਕਰਕੇ ਰਾਜ ਰਖੀ ਸੰ ਸਤਗੁਰੂ ਸਤਗੁਰੂ ਰਾਜ ਰਖੀ ਸਨ ਸਤਗੁਰੂ ਬ੍ਰਾਹਮਣ ઋષਿ ਨਹੀਂ ਸਨ ਬ੍ਰਾਹਮਣ ਕੋ ਮੈਂ ਛਤਰੀ ਕੋ ਪੂਤ ਹਾਂ ਬ੍ਰਾਹਮਣ ਕੋ ਨਾ ਨਾ ਜੇ ਧਰਮ ਸੰਭਾਰੇ ਆਪਣਾ ਧਰਮ ਸੀਗਾ ਦੂਜੇ ਦਾ ਧਰਮ ਨਹੀਂ ਸੰਭਾਲਣਾ ਆਪਣਾ ਧਰਮ ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਾਹਮਣ ਆ ਤਾਂ ਉਹ ਬ੍ਰਾਹਮਣ ਰਵੇ ਬ੍ਰਾਹਮਣ ਨੂੰ ਨਹੀਂ ਕਿਹਾ ਵੀ ਤੂੰ ਮੀਟ ਖਾ ਤੂੰ ਸ਼ਿਕਾਰ ਕਰ ਪਰ ਛਾਤਰੀ ਦਾ ਧਰਮ ਹੈ ਉਹ ਆਪਣਾ ਧਰਮ ਕਰੇ ਉਹ ਆਪਣਾ ਧਰਮ ਕਰੇ ਹਾਂਜੀ ਆਤਪਤੀ ਚਨੇ ਜਬਰ ਭਈ ਹਟ ਆਏ ਸੋ ਡੇਰੇ ਸ਼ਿਕਾਰ ਖੇਡਣ ਗਏ ਨੇ ਪਾਤਸ਼ਾਹ ਟੋਕਾ ਸਾਹਿਬ ਦੇ ਜੰਗਲ ਵਿੱਚ ਜਦੋਂ ਬਹੁਤੀ ਧੁੱਪ ਹੋਈ ਹੈ ਤੇ ਵਾਪਸ ਆ ਗਏ ਨੇ ਦੁਪਹਿਰ ਵੇਲੇ ਆਪਣੀ ਛੌਣੀ ਵਿੱਚ ਬਿਸਰਾਮੇ ਕਰ ਖਾਨ ਕੋ ਤਮ ਸੁਪਟ ਕਨੇਰੇ ਔਰ ਸਾਥ ਸੰਗਤ ਦੀ ਮਹਾਰਾਜ ਦੀ ਫੌਜ ਲੰਗਰ ਪ੍ਰਸ਼ਾਦ ਛੱਕ ਕੇ ਆਰਾਮ ਕੀਤਾ ਹੈ ਤ੍ਰਿਤੀ ਪਹਿਰ ਸੁਖਾਸ਼ਕ ਹੈ ਪੁਨ ਸੋਚਹ ਤਾਰ ਹੈ ਫਿਰ ਦੁਪਹਿਰੀ 2:30 ਵਜੇ ਉੱਠਦੇ ਹਨ ਦੇਗਾ ਦੇ ਰਗੜੇ ਲੱਗਦੇ ਸੀ ਦੀ ਦੇਗਾ ਮਹਾਰਾਜ ਸੱਚੇ ਪਾਸ਼ਾ ਸ਼ਕਿਆ ਕਰਦੇ ਸਨ ਆਦੇ ਅੰਗਰੇਜ਼ਾਂ ਨੇ ਆਪਣੀਆਂ ਦਵਾਈਆਂ ਜਿਹੜੀਆਂ ਸੀ ਨਾ ਅੰਗਰੇਜ਼ੀ ਦਵਾਈਆਂ ਵੇਚਣ ਵਾਸਤੇ ਖਾਲਸਾ ਜੀ ਸਾਡੀਆਂ ਇੰਡੀਅਨ ਜਿਹੜੀਆਂ ਭਾਰਤ ਦੀਆਂ ਵਸਤੂਆਂ ਸੀ ਉਹਨਾਂ ਬਦਨਾਮ ਕਰ ਦਿੱਤਾ ਅਖੇ ਜੀ ਇਹ ਨਸ਼ੇ ਹਨ ਇਹਨਾਂ ਨੂੰ ਪੁੱਛੋ ਵੀ ਜਿਹੜੀਆਂ ਤੁਸੀਂ ਰੰਮ ਦੀਆਂ ਬੋਤਲਾਂ ਪੀਂਦੇ ਹੋ ਇਹ ਨਸ਼ਾ ਕੋਈ ਨਹੀਂ ਇਹ ਤੇ ਆਪਣੇ ਸਾਰੇ ਸਥਾਨਾਂ ਤੇ ਵੀ ਧਰਮ ਸਥਾਨਾਂ ਤੇ ਵੀ ਵਰਤ ਲੈਂਦੇ ਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਨਿੰਦਾ ਕਰਦੇ ਸੋ ਖਾਲਸਾ ਜੀ ਦਸਮਨ ਦੀ ਬਾਣੀ ਪੜ੍ਹ ਕੇ ਵੇਖੋ ਉਹਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਜਿਹੜੇ ਨਹੀਂ ਮੰਨਦੇ ਨਾਮ ਮੰਨਣ ਦਸਮਨ ਦੀ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਸਤਗੁਰੂ ਪਾਤਸ਼ਾਹ ਜੀ ਨੇ ਬੜੀ ਮਹਿਮਾ ਲਿਖੀ ਐ ਇਸ ਵਸਤੂ ਦੀ ਇਹ ਸਾਧ ਸੰਗਤ ਜੀ ਸੁਖ ਨਿਧਾਨ ਸੁਖ ਦਿੰਦਾ ਹੈ ਸਤਗੁਰੂ ਤ੍ਰੇਤੀ ਪੈਰ ਸੁਖਾ ਛਕ ਤੀਜੇ ਪੈਰ ਦੇਗਾ ਛਕਦੇ ਨੇ ਫਿਰ ਜੰਗਲ ਪਾਣੀ ਜਾਂਦੇ ਨੇ ਕਾਰਿਸ਼ਾਨਤਹ ਸਮੇ ਕੋ ਬੈਠ ਹੈ ਪਰਵਾਰ ਹੈ ਤੇ ਫਿਰ ਇਸ਼ਨਾਨ ਕਰਕੇ ਬਹਿ ਜਾਂਦੇ ਨੇ ਪਲੰਘ ਦੇ ਉੱਤੇ ਆਲੇ ਦੁਆਲੇ ਸਿੰਘ ਸੱਜ ਜਾਂਦੇ ਨੇ ਮਹਾਰਾਜ ਦਿਮਾਲੇ ਸਜਾ ਕੇ ਸ਼ਾਮਾਂ ਦਾ ਦੀਵਾਨ ਲਾਂਦੇ ਨੇ ਅੱਲਾ ਕੇ ਦਸਤ ਬਾਦ ਸਾਹਿਬ ਸੁਪਰ ਟੱਕੀ ਸੰਗਤ ਜੋ ਆਵੇ ਸੂਰ ਮੇ ਸਾਰੇ ਬੰਦੂਕਾਂ ਤਲਵਾਰਾਂ ਤੀਰਾਂ ਨਾਲ ਸਜੇ ਹੋਏ ਕਲਗੀਆਂ ਵਾਲੇ ਦੇ ਪਲੰਘ ਦੇ ਆਲੇ ਦੁਆਲੇ ਬੈਠੇ ਹੁੰਦੇ ਨੇ ਜਿਹੜੀ ਕੋਈ ਸੰਗਤ ਆਉਂਦੀ ਹੈ ਆ ਕੇ ਦਰਸ਼ਨ ਕਰਦੀ ਹੈ ਸਰ ਸਹਤਰ ਕੈ ਕਾਮਨਾ ਬਾਛੇ ਤ ਮਨ ਪਾਵੇ অর ਮਾਰੇ ਦਰਸ਼ਨ ਕਰਕੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਦਰਸ਼ਨ ਕਰਨ ਦੇ ਕੇ ਮੰਗਣ ਦੀ ਵੀ ਲੋੜ ਨਹੀਂ ਰਹਿੰਦੀ ਬਿਨਾ ਮੰਗਿਆ ਹੀ ਸਭ ਕੁਝ ਮਿਲ ਜਾਂਦਾ ਹੈ ਐਸੇ ਕਰਗੀਆਂ ਵਾਲੇ ਪਾਤਸ਼ਾਹ ਜੀ ਹਨ ਨਿਤ ਪਤ ਨਾਹਣ ਪਤੀ ਕੋ ਤਬ ਦੂਤ ਸੁ ਆਵੇ অর ਨਾਣ ਦੇ ਰਾਜੇ ਦਾ ਦੂਤ ਰੋਜ਼ ਹੀ ਆ ਜਾਂਦਾ ਹੈ ਉਹ ਰੋਜ਼ ਆ ਕੇ ਕਹਿ ਜਾਂਦਾ ਮਹਾਰਾਜ ਜੀ ਇੱਕ ਦੋ ਦਿਨ ਠਹਿਰ ਜਓ ਰਾਜਾ ਜੀ ਆ ਰਹੇ ਨੇ ਹਾਂ ਜੀ ਰਾਜਾ ਹਮਰੋ ਮਹਾਰਾਜ ਬੰਦਨ ਕੋ ਗਾਵੇ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਦਾ ਦੂਤ ਰੋਜ਼ ਹੀ ਆ ਕੇ ਕਹਿ ਜਾਂਦਾ ਮਹਾਰਾਜ ਤੁਹਾਨੂੰ ਮੱਥਾ ਟੇਕ ਕਲਿਆ ਰਾਜੇ ਮੇਦਨੀ ਪ੍ਰਕਾਸ਼ ਨੇ ਐ ਬੋ ਹੋਏ ਐ ਬੋ ਕੋ ਹੋਏ ਤਿਆਰ ਜਬ ਕਾਰਜ ਪਰੇ ਜਾਈ ਮਹਾਰਾਜ ਜਦੋਂ ਰਾਜਾ ਜੀ ਤੁਹਾਡੇ ਵੱਲ ਆਉਣਾ ਚਾਹੁੰਦੇ ਨੇ ਉਦੋਂ ਹੀ ਕੋਈ ਨਾ ਕੋਈ ਕੰਮ ਪੈ ਜਾਂਦਾ ਹੈ ਪਹੁੰਚੇ ਗੋੁਰ ਭਾਵਤਰ 라ਵਰ ਸਰਨਾਈ ਮਹਾਰਾਜ ਆਪ ਦੀ ਸ਼ਰਨ ਰਾਜਾ ਜੀ ਆਉਣਗੇ ਜ਼ਰੂਰ ਪਰ ਇੱਕ ਦੋ ਦਿਨ ਹੋਰ ਦੇਰੀ ਹੋ ਸਕਦੀ ਹੈ ਇਹ ਮੈਂ ਕਹਿ ਕਰ ਭੋਪਾਂਤ ਕੋਪਨ ਨਾਹਣ ਜਾਵੇ ਇਦਾਂ ਕਹਿ ਕੇ ਨਾਨ ਦੇ ਰਾਜਾ ਦਾ ਦੂਤ ਫਿਰ ਵਾਪਸ ਚਲਾ ਜਾਂਦਾ ਹੈ ਸ਼ੰਕੇ ਮੇਦਨ ਪ੍ਰਕਾਸ਼ ਬੋ ਨਹਿ ਮਿਲਵੇ ਆਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਾਇਆ ਬੜੀ ਪਰਬਲ ਅਹਿਸਾਸ ਸੰਗਤ ਦੀ ਕਿਸੇ ਦੇ ਮਨ 'ਚ ਵੀ ਭਰਮ ਪਾ ਦਿੰਦੀ ਹੈ ਰਾਜਾ ਮੇਦਨੀ ਪ੍ਰਕਾਸ਼ ਦੇ ਮਨ 'ਚ ਵੀ ਭਰਮ ਪੈ ਗਿਆ ਸ਼ੰਕਾ ਪੈ ਗਿਆ ਵੀ ਹੁਣ ਜੇ ਮੈਂ ਕਲਗੀਧਰ ਪਾਤਸ਼ਾਹ ਜੀ ਨੂੰ ਮਿਲਾਂਗਾ ਤੇ ਜਿਹੜੇ ਮੇਰੇ ਨਾਲ ਦੇ 22 ਧਾਰ ਦੇ ਰਾਜੇ ਨੇ ਉਹ ਮੇਰੇ ਖਿਲਾਫ ਹੋ ਜਾਣਗੇ ਕਿਸ ਕਰਮ ਹੈ ਗੁਰੂ ਸਾਹਿਬ ਨੂੰ ਮਿਲਾਂ ਜਾਂ ਨਾ ਮਿਲਾਂ ਇਹ ਦੁਬਧਾ ਰਾਜੇ ਦੇ ਮਨ ਵਿੱਚ ਚੱਲਣ ਲੱਗ ਪਈ ਹੈ ਉਹ ਡਬਲ ਮਾਈਂਡ ਹੋ ਗਿਆ ਹੈ ਕਦੀ ਸੋਚਦਾ ਵੀ ਚੱਲਾਂ ਮਹਾਰਾਜ ਦੇ ਦਰਸ਼ਨ ਕਰਾਂ ਗੁਰੂ ਸਾਹਿਬ ਵਾਪਸ ਜਾ ਰਹੇ ਨੇ ਉਹਨਾਂ ਨੂੰ ਵਿਦਾਇਗੀ ਦੇ ਕੇ ਆਵਾਂ ਜਦੋਂ ਤਿਆਰ ਹੁੰਦਾ ਤਾਂ ਨਾਲ ਦੇ ਕਹਿ ਦਿੰਦੇ ਮਹਾਰਾਜ ਵੇਖ ਲਓ ਬਾਈ ਧਾਰ ਦੇ ਰਾਜਿਆਂ ਵਿੱਚ ਤੁਹਾਡੀ ਬਦਨਾਮੀ ਹੋਵੇਗੀ ਜੇ ਗੁਰੂ ਨੂੰ ਜਾ ਕੇ ਮੱਥਾ ਟੇਕੋਗੇ ਗੁਰੂ ਦੇ ਨਾਲ ਮੇਲ ਰੱਖੋਗੇ ਫਤਿਹ ਸ਼ਹਯਤੇ ਆਦਿਤ ਗਿਰਧਰੋਹੀ ਸਾਰੇ ਇਹ ਸੋਚਦਾ ਰਾਜਾ ਮੇਦਨੀ ਪ੍ਰਕਾਸ਼ ਆਪਣੇ ਮਨ ਵਿੱਚ ਵੀ ਮੇਰਾ ਵਿਰੋਧੀ ਰਾਜਾ ਫਤਿਹ ਸ਼ਾ ਔਰ ਭੀਮ ਚੰਦ ਔਰ ਸਾਰੇ ਰਾਜੇ ਜਿਹੜੇ ਨੇ ਉਹ ਵੀ ਗੁਰੂ ਮਹਾਰਾਜ ਦੇ ਦੋਖੀ ਬਣ ਗਏ ਨੇ ਭੀਮ ਚੰਦ ਤੇ ਆਦ ਹਤ ਬੈਰੀ ਰਿਸਤਾਰੇ ਰਾਜਾ ਭੀਮ ਚੰਦ ਵੀ ਬੈਰੀ ਸਾਰੇ ਰਾਜੇ ਮੇਰੇ ਖਿਲਾਫ ਹੋ ਜਾਣਗੇ ਮੈਂ ਕੱਲਾ ਰਹਿ ਜਾਵਾਂਗਾ ਤੇ ਇਹ 21 ਰਾਜੇ ਇੱਕ ਪਾਸੇ ਹੋ ਜਾਣਗੇ ਮੈਂ ਇਕਲ ਗੁਰ ਸੋ ਮਿਲੋ ਬਿਗਤੇ ਸਬਮਾਹੀ ਜੇ ਮੈਂ ਕੱਲਾ ਗੁਰੂ ਨੂੰ ਜਾ ਕੇ ਮਿਲਾਂਗਾ ਇਹ ਗੱਲ ਸਾਰਿਆਂ 'ਚ ਪ੍ਰਗਟ ਹੋ ਹੀ ਜਾਣੀ ਹੈ ਸਮਾਜ ਵਿੱਚ ਗੱਲ ਲੁਕੀ ਛਿਪੀ ਰਹਿੰਦੀ ਨਹੀਂ ਇਹ ਖਬਰ ਫਤਿਹ ਸ਼ਾਹ ਨੂੰ ਵੀ ਮਿਲਣੀ ਹੈ ਇਹ ਬਾਈ ਧਾਰ ਦੇ ਰਾਜਿਆਂ ਨੂੰ ਪਤਾ ਲੱਗਣਾ ਹੈ ਕਿ ਰਾਜਾ ਮੇਦਨੀ ਪ੍ਰਕਾਸ਼ ਸਾਡੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਦੇ ਨਾਲ ਲਿਹਾਜ਼ਦਾਰੀ ਰੱਖਦਾ ਹੈ ਸੁਨ ਦਵੇਸ਼ੀ मम ਹੋਹੇਗੇ ਥਾ ਨਹੀਂ ਰਹਿਣਾ ਹੀ ਰਾਜਾ ਮੇਦਨੀ ਪ੍ਰਕਾਸ਼ ਆਪਣੇ ਮਨ 'ਚ ਸੋਚਦਾ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਾਂਗਾ ਸਾਰੇ ਮੇਰੇ ਨਾਲ ਦੁਸ਼ ਕਰਨਗੇ ਜੇ ਨਾ ਮਿਲੋ ਅਬੇ ਜਾਏ ਕੈ ਟੁੱਟਹਿ ਗੁਰਪ੍ਰੀਤ ਜੇ ਮੈਂ ਨਾ ਜਾ ਕੇ ਮਿਲਾਂ ਹੁਣ ਗੁਰੂ ਸਾਹਿਬ ਨੂੰ ਤੇ ਮੇਰੀ ਗੁਰੂ ਨਾਲੋਂ ਪ੍ਰੀਤੀ ਟੁੱਟ ਜਾਏਗੀ ਇਤਿਆਜਿਕ ਸੰਚਾ ਕਰਹਿ ਮਤ ਹੋਏ ਨਾ ਅਪੀਤੀ ਇਦਾਂ ਦੇ ਸੰਸੇ ਚ ਪੈ ਗਿਆ ਨਿਰਭੈ ਨਹੀਂ ਹੋ ਸਕਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਲੋਕ ਲਾਜ ਇਹ ਸਮਾਜ ਸਾਧ ਸੰਗਤ ਜੀ ਗੁਰੂ ਨੂੰ ਮਿਲਣ ਨਹੀਂ ਦਿੰਦਾ ਸਾਡੇ ਵਿੱਚ ਵੀ ਇਹ ਕਮੀ ਹੈ ਸਾਡੇ ਮਨ ਦੇ ਵਿੱਚ ਸਤਿਗੁਰੂ ਤੇ ਵਾਜਾ ਮਾਰਦੇ ਆ ਵੀ ਆ ਜਾ ਸਿੱਖਾ ਪਰ ਸਿੱਖ ਕਹਿੰਦਾ ਵੀ ਮੈਂ ਦੁਨੀਆਦਾਰੀ ਕਿਵੇਂ ਛੱਡਾਂ ਪਾਹੀ ਜਾਰਾ ਕਿਵੇਂ ਛੱਡਾਂ ਸਮਾਜ ਕਿਵੇਂ ਛੱਡਾਂ ਇਤਿਆਦਿਕ ਇਸ ਪ੍ਰਕਾਰ ਦੇ ਸੰਸੇ ਰਾਜੇ ਦੇ ਮਨ ਵਿੱਚ ਚੱਲਣ ਲੱਗੇ ਹਨ ਆਜ ਕਾਲ ਕਰਤੇ ਤਿਸੈ द्वादश ਦਿਨ ਪੀਤੇ ਆਜ ਕਲ ਕਰਦਿਆਂ ਸਾਧ ਸੰਗਤ ਜੀ 12 ਦਿਨ ਬੀਤ ਗਏ 12 ਦਿਨ ਮਹਾਰਾਜ ਟੋਕਾ ਸਾਹਿਬ ਹੀ ਬੈਠੇ ਰਹੇ ਤੇ ਸਾਧ ਸੰਗਤ ਜੀ ਰਾਜਾ ਮੇਦਨੀ ਪ੍ਰਕਾਸ਼ ਆਉਣ ਦੇ ਲਾਰੇ ਲਾਂਦਾ ਰਿਹਾ ਕਹਿ ਕਹਿ ਬਿਨੇ ਪਠਾ ਬਨੋ ਮਨ ਹੋਏ ਬਿਪਰੀਤ ਰੋਜ਼ ਆਪਣੇ ਦੂਤਾਂ ਨੂੰ ਭੇਜ ਦਿੰਦਾ ਤੇ ਮਨ ਦੇ ਵਿੱਚ ਹੌਸਲਾ ਨਹੀਂ ਕਰਦਾ ਕਦੀ ਕਹਿੰਦਾ ਜਾਵਾਂ ਕੱਲ ਨੂੰ ਸੋਚਾਂਗਾ ਫਿਰ ਕਹਿੰਦਾ ਰਹਿਣ ਦਈਏ ਫਿਰ ਰਾਤ ਨੂੰ ਸਵੇਰੇ ਚੱਲਾਂਗੇ ਸਵੇਰੇ ਉੱਠਦਾ ਤੇ ਕਹਿੰਦਾ ਫੇਰ ਹੁਣ ਕੀ ਕਰੀਏ ਨਾ ਜਾਈਏ ਤਾਂ ਠੀਕ ਹੈ ਇਸ ਤਰ੍ਹਾਂ ਰਾਜੇ ਦੇ ਮਨ ਵਿੱਚ ਸ਼ੰਕਾ ਚੱਲਦਾ ਰਿਹਾ 12 ਦਿਨ ਬਾਅਦਸ਼ਾਹ ਕਲਗੀਧਰ ਪਿਤਾ ਜੀ ਉਹਨੂੰ ਟੋਕਾ ਸਾਹਿਬ ਦੇ ਗੁਰਦੁਆਰੇ ਜਿੱਥੇ ਪਾਕਿਸਤਾਨ ਹੈ ਬਹਿ ਕੇ ਉਡੀਕਦੇ ਰਹੇ ਬੂਝੇ ਨਿਜ ਪਰਦਾਨ ਸਭ ਮੈਂ ਕਰ ਹਾਂ ਕੈਸੇ ਅਖੀਰ ਰਾਜੇ ਮੇਦਨੀ ਪ੍ਰਕਾਸ਼ ਨੇ ਆਪਣੇ ਸਾਰੇ ਮੰਤਰੀ ਆਪਣੇ ਸਾਰੇ ਪ੍ਰਧਾਨ ਆਪਣੇ ਸਾਰੇ ਸੈਨਾਪਤੀ ਸਲਾਹਕਾਰ ਇਕੱਠੇ ਕੀਤੇ ਸਾਰਿਆਂ ਨਾਲ ਸਲਾਹ ਕਰਦਾ ਕਹਿੰਦਾ ਦੱਸੋ ਤੁਸੀਂ ਸਾਰੇ ਸਿਆਣੇ ਮੰਤਰੀਓ ਮੈਂ ਕੀ ਕਰਾਂ ਹੁਣ ਦੋਇ ਦਿਸ ਤੇ ਰਸ ਕੋਰਕ ਹੈ ਕਰੀਏ ਕੁਛ ਐਸੇ ਕੁਝ ਇਹੋ ਜਿਹਾ ਤਰੀਕਾ ਦੱਸੋ ਵੀ ਗੁਰੂ ਸਾਹਿਬ ਨਾਲ ਵੀ ਬਣੀ ਰਵੇ ਤੇ ਰਾਜਿਆਂ ਵੱਲੋਂ ਵੀ ਨਾ ਵਿਗੜੇ ਕੋਈ ਇਹੋ ਜਿਹਾ ਢੰਗ ਦੱਸੋ ਤਬੇ ਸਮਝ ਆਇਓ ਡਰਤ ਉਰੇ ਤੁਮ ਮਿਲੋ ਨਾ ਜਾਈ ਉਹ ਜਿਹੜੇ ਮੰਤਰੀ ਸਨ ਪ੍ਰਧਾਨ ਸਨ ਉਹ ਵੀ ਡਰਪੋਖ ਜੇ ਸਨ ਉਹ ਕਹਿਣ ਲੱਗੇ ਰਾਜਾ ਜੀ ਸਾਡੀ ਤਾਂ ਇਹੀ ਸਲਾਹ ਹੈ ਕਿ ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਮ ਮਿਲੋ ਪੜ੍ਹੋ ਦੀਵਾਨ ਜੋ ਆਪਨੋ ਪੇਟ ਸਮੁਦਾਈ ਇਦਾਂ ਕਰੋ ਆਪਣੇ ਦੀਵਾਨ ਨੂੰ ਆਪਣੇ ਮੰਤਰੀ ਨੂੰ ਵਧੀਆ-ਵਧੀਆ ਪੇਟਾਵਾ ਚੰਗੇ ਤੋਹਫੇ ਦੇ ਕੇ ਛਸਤਰ ਬਸਤਰ ਦੇ ਕੇ ਗੁਰੂ ਮਹਾਰਾਜ ਵੱਲ ਭੇਜ ਦਿਓ ਨਤ ਰਾਜੇ ਕਿਰਪਤ ਸਕਲ ਤੇਜ ਕੋ ਰਿਪ ਜਾਣ ਜੇ ਤੁਸੀਂ ਆਪ ਚਲੇ ਗਏ ਤਾਂ ਰਾਜੇ ਪਹਾੜ ਦੇ ਜਿੰਨੇ ਵੀ ਨੇ ਤੁਹਾਨੂੰ ਆਪਣਾ ਦੁਸ਼ਮਣ ਮੰਨ ਲੈਣਗੇ ਰਾਜਨੀਤੀ ਦੇ ਪੱਖ ਤੋਂ ਵਿਚਾਰ ਕਰੋ ਤਾਂ ਗੁਰੂ ਗੋਬਿੰਦ ਸਿੰਘ ਨਾਲ ਮਿਲਣ ਕਰਕੇ ਤੁਹਾਨੂੰ ਬੜਾ ਘਾਟਾ ਪਵੇਗਾ ਕਾਰਿ ਦੇ ਬਿਕਾਰ ਕਰ ਲੜਕਰਣ ਹਾਨੈ ਤੇ ਉਹ ਰਾਜੇ ਜਿਹੜੇ ਨੇ ਬਾਈ ਤਾਰ ਦੇ ਤੁਹਾਡਾ ਬੜਾ ਕੰਮ ਵਿਗਾੜਨਗੇ ਤੁਹਾਡੇ ਕੰਮਾਂ ਵਿੱਚ ਬਹੁਤ ਸਾਰੀਆਂ ਦਿੱਕਤਾਂ ਖੜੀਆਂ ਕਰਨਗੇ ਤੇ ਤੁਹਾਡੇ ਨਾਲ ਲੜ ਕੇ ਤੁਹਾਨੂੰ ਨੁਕਸਾਨ ਪਹੁੰਚਾਣਗੇ ਸਭ ਪ੍ਰਾਤਨਤੇ ਟੁੱਟਵੇ ਤੁਝ ਨੇ ਬਨ ਆਵੈ اے ਰਾਜਾ ਮੇਦਨੀ ਪ੍ਰਕਾਸ਼ ਆਪਣੇ ਭਾਈਚਾਰੇ ਤੋਂ ਰਾਜਿਆਂ ਤੋਂ ਟੁੱਟਣਾ ਵੀ ਚੰਗਾ ਨਹੀਂ ਹੁੰਦਾ ਤੈਨੂੰ ਇਹਦਾ ਨਹੀਂ ਕਰਨਾ ਚਾਹੀਦਾ ਜਤ ਅਪਦੇਸ਼ੀ ਗੁਰੂ ਐਮ ਜਿਤ ਕਿਤੇ ਛੱਡ ਜਾਵੇ ਕਹਿੰਦੇ ਗੁਰੂ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਪਰਦੇਸੀ ਆਇਆ ਤੇ ਚਲਾ ਗਿਆ ਗੁਰੂ ਨਾਲ ਤਾਂ ਤੁਹਾਡਾ ਇੰਨਾ ਕੀ ਸੀਗਾ ਵੀ ਜਿੰਨਾ ਗੁਰੂ ਨੇ ਤੁਹਾਡੇ ਕੋਲ ਰਹਿ ਲਿਆ ਰਹਿ ਲਿਆ ਹੁਣ ਗੁਰੂ ਆਪਣੇ ਦੇਸ਼ ਜਾ ਰਿਹਾ ਮੁੜ ਕੇ ਪਤਾ ਨਹੀਂ ਗੁਰੂ ਨੇ ਇੱਧਰ ਪੌਂਟੇ ਵੱਲ ਆਉਣਾ ਕਿ ਨਹੀਂ ਆਉਣਾ ਤੇ ਰਾਜਿਆਂ ਨਾਲ ਤੇ ਸਾਡਾ ਰੋਜ ਲੈਣ ਦੇਣ ਹੈ ਤੋ ਆਪਣੇ ਆਲੇ ਦਿਵਾਲੇ ਨਾਲ ਨਾ ਵਿਗਾੜੋ ਗੁਰੂ ਮਗਰ ਲੱਗ ਕੇ ਆਪਣਾ ਨੁਕਸਾਨ ਨਾ ਕਰਾਓ ਇਹ ਸੁਣ ਕੇ ਮੰਤਰੀ ਨੇ ਤੇ ਮਸਲਾ ਟਹਿਰਾਈ ਆਪਣੇ ਮੰਤਰੀਆਂ ਤੋਂ ਇਹ ਗੱਲ ਸੁਣ ਕੇ ਅਖੀਰ ਰਾਜੇ ਮੇਦਨੀ ਪ੍ਰਕਾਸ਼ ਨੇ ਇਸਲਾਹ ਪੱਕੀ ਕਰ ਲਈ ਪਾ ਕੇ ਵਕੀਲ ਸਤਗੁਰੂ ਟੇਕਨੇ ਜੇ ਬਾਤ ਸੁਣਾਈ ਆਪਣੇ ਵਕੀਲ ਨੂੰ ਭੇਜਿਆ 12ਵੇਂ ਦਿਨ 12 ਦਿਨ ਬਾਅਦ ਰਾਜੇ ਨੂੰ ਸੁਰਤ ਆਈ ਵੀ ਸਤਗੁਰੂ 12 ਦਿਨ ਦੇ ਬੈਠੇ ਉਡੀਕੀ ਜਾਂਦੇ ਪਹਿਲਾਂ ਭੇਜਤਾ ਬੰਦਾ ਵੀ ਗੁਰੂ ਜੀ ਰੁਕ ਜਾਓ ਮੈਂ ਦਰਸ਼ਨਾਂ ਨੂੰ ਆ ਰਿਹਾ ਤੇ ਪਿੱਛੋਂ ਉਹੀ ਗੱਲ ਹੈ ਪੱਥਰ ਚਿੱਤ ਪਹਾੜ ਦੇ ਪਾਪੀ ਜਿਨ੍ਹਾਂ ਦੇ ਚਿੱਤ ਉਹ ਫਿਰ ਉਹੀ ਗੱਲ ਫਿਰ ਕੱਚਾ ਨਿਕਲਿਆ ਪਹਾੜੀਆਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਲ ਆਪਣਾ ਵਕੀਲ ਭੇਜ ਕੇ ਕੁਝ ਤੋਹਫੇ ਭੇਟਾਵਾਂ ਸ਼ਸ਼ਤਰ ਬਸਤਰ ਪਕੋੜੇ ਭੇਜ ਕੇ ਵੀ ਮਹਾਰਾਜ ਦਾ ਸਨਮਾਨ ਵੀ ਰਹਿ ਜਾਵੇ ਤੇ ਮੇਰਾ ਪੱਲਾ ਵੀ ਛੁੱਟ ਜਾਵੇ ਤੇ ਸਤਿਗੁਰੂ ਕੋਲ ਵਕੀਲ ਭੇਜ ਕੇ ਆਪਣੀ ਲਿਪਵੀਆਂ ਪੋਚਵੀਆਂ ਜੀਆਂ ਗੱਲਾਂ ਮਹਾਰਾਜ ਜੀ ਕਦੀ ਫੇਰ ਆਵਾਂਗੇ ਫੇਰ ਦਰਸ਼ਨ ਕਰਾਂਗੇ ਕੋਈ ਮਜਬੂਰੀਆਂ ਹਨ ਇਸ ਤਰ੍ਹਾਂ ਉਸ ਤਰ੍ਹਾਂ ਦੇ ਬਹਾਨੇ ਕੀਤੇ ਹਨ ਸੁਨ ਕੇ ਸਿਸਤਰ ਪ੍ਰਪਨ ਯੋਪੀਦੀ ਇਹ ਮਹੋਵਾ ਅੱਗੇ ਬੈਠੇ ਸੀ ਕਲਗੀਆਂ ਵਾਲੇ ਉਹ ਕਿਹੜਾ ਲਿਹਾਜ਼ ਰੱਖਦੇ ਸੀ ਕਿਸੇ ਦਾ ਜਾਨ ਹੀ ਜਾਨ ਸੀਗੇ ਬਾਹਰ ਸੁਣ ਕੇ ਥੋੜੇ ਨਾਰਾਜ਼ ਹੋਏ ਥੋੜੇ ਗੁੱਸੇ 'ਚ ਆ ਕੇ ਬੋਲੇ ਕਹਿੰਦੇ ਉਹ ਵਕੀਲ ਤੁਹਾਡਾ ਰਾਜਾ ਗੀਤ ਦੀ ਹੈ ਬੁਜਦਿਲ ਡਰ ਗਿਆ ਹੈ ਸਾਥੀਆਂ ਰਾਜਿਆਂ ਤੋਂ ਹਮ ਕੋ ਇਥੇ ਇਥੇ ਰਾਇ ਕਰ ਪਾਛੇ ਡਰ ਜੋਵਾ ਸਾਨੂੰ ਇਥੇ ਰੋਕ ਕੇ ਵੀ ਗੁਰੂ ਜੀ ਰੁਕ ਜਾਓ ਤੇ ਮੈਂ ਤੁਹਾਡੇ ਦਰਸਨਾਂ ਲਈ ਆ ਰਿਆਂ ਤੇ ਪਿਛੋਂ ਡਰ ਗਿਆ ਹੈ ਹੈ ਮੇਲ ਹੈ ਪ੍ਰਦਾਨ ਕੋ ਕੋਇਤ ਹੋ ਨਾ ਆਵੇ ਮਹਾਰਾਏ ਉਹ ਵਕੀਲ ਨੂੰ ਕਹਿੰਦੇ ਆ ਉਹਨੂੰ ਜਾ ਕੇ ਰਾਜੇ ਨੂੰ ਕਹਿ ਦੇ ਵੀ ਆਪਣਾ ਪ੍ਰਧਾਨ ਨਾ ਭੇਜੇ ਤੇ ਆਪਣੇ ਤੋਹਫੇ ਸਾਨੂੰ ਨਹੀਂ ਚਾਹੀਦੇ ਹੁਣ ਅਸੀਂ ਕੁਝ ਨਹੀਂ ਲੈਣਾ ਅਸੀਂ ਨਹੀਂ ਤੁਹਾਨੂੰ ਹੜੀਕਣਾ ਤੁਹਾਡੇ ਆਪ ਆਉਣਾ ਅਸੀਂ ਤੇ ਆ ਜਾਂਦਾ ਪਰ ਹੁਣ ਅਸੀਂ ਨਾ ਰਾਜੇ ਨੂੰ ਡੀਕਾਂਗੇ ਤੇ ਨਾ ਉਹਦੇ ਮੰਤਰੀ ਨੂੰ ਡੀਕਾਂਗੇ ਪਟਹਿ ਚ ਲੂਟ ਹੈ ਸੁਪਟਮਮ ਨਹਿ ਕੋ ਅਟਕਾਵੇ ਮਹਾਰਾਏ ਕਹਿੰਦੇ ਜੇ ਤੂੰ ਆਪਣਾ ਮੰਤਰੀ ਭੇਜਿਆ ਨਾ ਦਾ ਸਿੰਘ ਬੈਠੇ ਇਹਨਾਂ ਨੇ ਲੁੱਟ ਲੈਣਾ ਇਹਨਾਂ ਨੇ ਘੋੜੇ ਘਾੜੇ ਵੀ ਖੋਹ ਲੈਣੇ ਸ਼ਸਤਰ ਵੀ ਖੋਹ ਲੈਣੇ ਤੇ ਹੋ ਸਕਦਾ ਚਾਟਾ ਵੀ ਛਕਾ ਦੇਣ ਇਸ ਕਰਕੇ ਆ ਆਪਣੇ ਮੰਤਰੀ ਨੂੰ ਘਰ ਰੱਖੀ ਸਾਨੂੰ ਨਹੀਂ ਲੋੜ ਹੁਣ ਕਿਸੇ ਮੰਤਰੀ ਛੰਤਰੀ ਦੀ ਆਪਣੇ ਕੋਲ ਰੱਖਾ ਆਪਣਾ ਮੰਤਰੀ ਤੇ ਆਪਣਾ ਸਾਰਾ ਸਾਜੋ ਸਮਾਨ ਵਰਜ ਪਠਿਓ ਸੁਨ ਭੀਰੰਦਰਪ ਨਹਿ ਤੀ ਰਜ ਰਾਖੀ ਕਿਆਵੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਤਾ ਵੀ ਰਾਜਾ ਕਾਇਰ ਉਹਨੂੰ ਕਹੋ ਆਪਣੇ ਘਰ ਰਵੇ ਸਾਡੀ ਕਾਇਰਾਂ ਨਾਲ ਦੋਸਤੀ ਨਹੀਂ ਸਾਡੀ ਮਰਦਾਂ ਨਾਲ ਯਾਰੀ ਹੈ ਜਿਹੜਾ ਮਰਦਾਂ ਤਰ੍ਹਾਂ ਲੜੇਗਾ ਉਹਦੇ ਨਾਲ ਅਸੀਂ ਖਲੋਵਾਂਗੇ ਤੇ ਜਿਹੜਾ ਐਵੇਂ ਬੀਬੀਆਂ ਜੀ ਤਰ੍ਹਾਂ ਵੰਗਾ ਪਾਈ ਫਿਰੇ ਫੁਲਾਣਾ ਕੀ ਕਹੇਗਾ ਦੂਜਾ ਕੀ ਕਹੇਗਾ ਉਹ ਕੀ ਕਹੇਗਾ ਉਹਦੇ ਨਾਲ ਸਾਡੀ ਕੋਈ ਦੋਸਤੀ ਨਹੀਂ ਹੈ ਸ਼ੰਕਿਓ ਅਪਰਨਿੰਨਪ੍ਰੰਰੇ ਨਿਹਦਰਸ ਪੇ ਲਾਖੀ ਮਾਰੇ ਕਹਿੰਦੇ ਰਾਜਿਆਂ ਤੋਂ ਡਰ ਕੇ ਸਾਡੇ ਦਰਸ਼ਨ ਕਰਨ ਨਹੀਂ ਆਇਆ ਅਸੀਂ ਕਿਹੜਾ ਉਹਨੂੰ ਇੱਥੇ ਫੜ ਲੈਣਾ ਸੀ ਜਾਂ ਰਾਜਿਆਂ ਨੇ ਉਹਦਾ ਕੀ ਵਿਗਾੜ ਲੈਣਾ ਸੀ ਬਸ ਐਵੇਂ ਹੀ ਸ਼ੰਕਾ ਪੈ ਗਿਆ ਮਨ ਦੇ ਵਿੱਚ ਇਹ ਮਨ ਦਾ ਸ਼ੰਕਾ ਗੁਰੂ ਨੂੰ ਨਹੀਂ ਮਿਲਣ ਦਿੰਦਾ। ਅਲਪਗ੍ਰਾਮ ਤਹ ਦੁਆਏ ਬਸ ਹੈ ਜਿਹੇ ਥਾਂ ਗੁਰ ਡੇਰਾ। ਸੋ ਇਹ ਤਾਂ ਸਾਖੀ ਸੀ ਸਾਧ ਸੰਗਤ ਜੀ ਰਾਜੇ ਮੇਦਨੀ ਪ੍ਰਕਾਸ਼ ਦੀ। ਹੁਣ ਅਗਲੀ ਕਥਾ ਟੋਕਾ ਸਾਹਿਬ ਨਾਲ ਸੰਬੰਧਿਤ ਉਹ ਵੀ ਸਰਵਣ ਕਰੀਏ। ਇੱਥੇ ਲੱਗੇ ਦੋ ਪਿੰਡ ਹਨ। ਇਹ ਇੱਕ ਪਿੰਡ ਜਿਹੜਾ ਲਾਹਾ ਹੈ, ਇੱਕ ਟੋਟਾ ਹੈ। ਹੁਣ ਵੀ ਹਨ। ਕਹਿੰਦੇ ਇਹਨਾਂ ਦੇ ਵਿੱਚ ਮਹਾਰਾਜ ਦਾ ਡੇਰਾ ਸੀ ਇੱਕ ਮਹਿਰੰਗਰ ਰਹਤ ਹੈ ਇੱਕ ਫਕਰਨ ਕੇਰਾ ਇਹਦਾ ਜਿਹੜਾ ਲਾਹ ਪਿੰਡ ਸੀਗਾ ਲਾੜ ਇਹ ਸਾਧ ਸੰਗਤ ਦੀ ਫਕੀਰਾਂ ਦਾ ਸੀ ਗਰੀਬਾਂ ਦਾ ਪਿੰਡ ਸੀ ਤੇ ਇੱਕ ਦੂਜਾ ਟੋਟਾ ਪਿੰਡ ਜਿਹੜਾ ਇਹ ਇਹ ਰੰਗੜਾਂ ਦਾ ਸੀ ਰੰਗੜ ਜਿਹੜੇ ਇੱਥੇ ਰੰਗੜ ਜਾਤ ਇਹ ਰਾਜਪੂਤ ਜਿਹੜੀ ਬਰਾਦਰੀ ਹੈ ਨਾ Hindu ਇਹ ਜਦੋਂ ਮੁਸਲਮਾਨ ਆਉਂਦੇ ਸੀ ਚੜ ਕੇ ਜੰਗ ਲੜਦੇ ਸੀ ਰਾਜਪੂਤ ਲੜਦੇ ਸੀ ਤੇ ਕਈ ਰਾਜਪੂਤ ਸਿਪਾਈ ਮੁਸਲਮਾਨਾਂ ਦੇ ਕਾਬੂ ਆ ਜਾਂਦੇ ਸੀ ਉਹ ਫੜ ਲੈਂਦੇ ਸੀ ਉਹਨਾਂ ਨੂੰ ਕੈਦ ਕਰ ਲੈਂਦੇ ਸੀ ਜਦੋਂ ਕੈਦ ਕਰ ਲੈਂਦੇ ਸੀ ਤੇ ਉਹ ਕਹਿੰਦੇ ਸੀ ਵੀ ਜਾਂ ਤਾਂ ਤੁਹਾਨੂੰ ਕਤਲ ਕਰ ਦੇਵਾਂਗੇ ਜਾਂ ਮੁਸਲਮਾਨ ਬਣ ਜਾਓ ਉਹ ਹੁਣ ਜਾਨ ਪਿਆਰੀ ਹੁੰਦੀ ਹੈ ਮਰਿਆ ਮਰਨਾ ਬੜਾ ਔਖਾ ਹੈ ਉਸ ਵੇਲੇ ਫਿਰ ਉਹ ਮੁਸਲਮਾਨ ਬਣ ਜਾਂਦੇ ਸੀ ਉਹ ਫਿਰ ਰਣ ਘੜ ਰਣ ਮੈਨੇ ਜੰਗ ਘੜ ਮੈਨੇ ਘੜੇਗੇ ਬਣਾਏਗੇ ਜਿਹੜੇ ਰਣ ਦੇ ਵਿੱਚ ਜੰਗ ਦੇ ਵਿੱਚ ਮੁਸਲਮਾਨ ਬਣਾਏ ਗਏ ਰਾਜਪੂਤਾਂ ਤੋਂ ਉਹਨਾਂ ਨੂੰ ਕਹਿੰਦੇ ਰੰਗੜ ਰਾਜਪੂਤ ਬਣ ਕੇ ਮੁਸਲਮਾਨ ਹੈ ਸੀ ਹਿੰਦੂ ਉਹ ਜਿਹੜੇ ਰਣ ਘੜ ਵਿੱਚ ਰਣ ਦੇ ਵਿੱਚ ਘੜੇ ਗਏ ਉਹ ਰੰਗੜ ਉਹ ਰੰਗੜਾ ਦਾ ਪਿੰਡ ਸੀ ਇੱਕ ਕਨ ਕਰ ਤਸ ਕਰ ਅਸ਼ਟ ਦਵ ਪ੍ਰਭ ਕੇ ਰਚੁਰਾਏ ਉਹ ਰੰਗੜ ਜਿਹੜੇ ਸਨ ਨਾ ਉਹਨਾਂ ਨੇ ਚੋਰ ਬਣ ਕੇ ਕਲਗੀਆਂ ਵਾਲੇ ਪਾਤਸ਼ਾਹ ਦੀ ਛਾਉਣੀ ਚ ਚੋਰੀ ਕੀਤੀ ਦੋ ਊਠ ਚੋਰੀ ਕਰਕੇ ਲੈ ਗਏ ਨਰ ਤਬ ਦੋ ਨੋ ਗ੍ਰਾਮ ਕੇ ਗੁਰ ਨੇਕਟ ਬੁਲਾਏ ਤੇ ਮਹਾਰਾਜ ਜਦੋਂ ਸਵੇਰੇ ਦਿਨ ਚੜਿਆ ਸਿੱਖਾਂ ਨੇ ਆ ਕੇ ਕਿਹਾ ਮਹਾਰਾਜ ਦੋ ਊਠ ਆਪਣੇ ਚੋਰੀ ਹੋ ਗਏ ਨੇ ਮਹਾਰਾਜ ਨੇ ਦੋਹਾਂ ਪਿੰਡਾਂ ਦੀ ਪੰਚਾਇਤਾਂ ਸਾਧ ਲਈਆਂ ਤੇ ਉਹਨਾਂ ਨੂੰ ਬੁਲਾ ਕੇ ਸਤਗੁਰੂ ਬੋਲੇ ਜੇ ਤੁਮਰੇ ਤੁਮਨੇ ਊਸ਼ਟਰ ਲਿਏ ਦੀਜੇ ਅਬ ਫੇਰੇ ਕਲਗੀਆਂ ਵਾਲੇ ਪਾਸ਼ਾ ਕਹਿੰਦੇ ਦੇਖੋ ਭਰਾਓ ਦੋਹਾਂ ਪਿੰਡਾਂ ਦੇ ਤੁਸੀਂ ਬੈਠੇ ਹੋ ਆਦਰ ਫਕੀਰ ਬੈਠੇ ਨੇ ਇਧਰ ਰੰਗੜ ਬੈਠੇ ਨੇ ਇਹ ਦੱਸੋ ਵੀ ਤੁਹਾਡੇ ਜੋ ਚੋਰੀ ਕਹਨੇ ਕੀਤੀ ਹੈ ਜਿਹਨੇ ਚੋਰੀ ਕੀਤੀ ਹੈ ਆਪਣੇ ਆਪ ਸਾਡੇ ਊਂਟ ਸਾਡੇ ਹਵਾਲੇ ਕਰ ਦਿਓ ਹੋਜੋ ਆਪਣੇ ਗ੍ਰਾਮ ਕੋ ਹੋਏ ਚੋਰ ਬਟੇਰੇ ਤੁਹਾਡੇ ਪਿੰਡਾਂ ਦੋਹਾਂ ਪਿੰਡਾਂ ਜੋ ਕਿਤੇ ਚੋਰ ਹੈ ਬਾਹਰ ਨਹੀਂ ਕੋਈ ਗਿਆ ਤੇ ਤੁਸੀਂ ਆਪਣੇ ਪਿੰਡਾਂ ਜੋ ਲੱਭ ਕੇ ਸਾਨੂੰ ਚੋਰ ਸਾਡੇ ਵਾਲੇ ਕਰੋ ਸਾਡਾ ਸਾਡੇ ਊਂਟ ਸਾਨੂੰ ਦਿਓ ਹਾਂ ਤੇ ਚੋਰ ਬੋਲੇ ਤਵੇ ਇੱਥੇ ਨਹੀਂ ਚੁਰਾਏ ਦੋਵਾਂ ਪਿੰਡਾਂ ਵਾਲੇ ਹੱਥ ਜੋੜ ਕੇ ਬੋਲੇ ਨਹੀਂ ਗੁਰੂ ਜੀ ਇੱਥੇ ਕਿਸੇ ਨੇ ਤੁਹਾਡੀ ਚੋਰੀ ਨਹੀਂ ਕੀਤੀ ਆ ਪਰ ਚੋਰ ਕੋਲੇ ਗਿਓ ਹਮਨੇ ਦ੍ਰਿਸ਼ਟਾਇ ਸਾਨੂੰ ਨਹੀਂ ਪਤਾ ਤੁਹਾਡਾ ਕੌਣ ਚੋਰੀ ਕਰਕੇ ਲੈ ਗਿਆ ਸਾਨੂੰ ਨਾ ਪੁੱਛੋ ਮਹਾਰਾਜ ਅਸੀਂ ਤੁਹਾਡੀ ਚੋਰੀ ਨਹੀਂ ਕੀਤੀ ਜੁ ਦੇਖ ਦੇਕਰ ਤਹੋ ਕੋ ਗੁਰੂ ਬੂਜਨ ਕੀਨੇ ਮਹਾਰਾਜ ਨੇ ਦੋਵਾਂ ਨੂੰ ਵੱਖਰੇ ਵੱਖਰੇ ਕਰਕੇ ਪੁੱਛਿਆ ਵੀ ਇਹਨਾਂ ਦੇ ਬਿਆਨ ਰਲਦੇ ਆ ਕਿ ਨਹੀਂ ਰਲਦੇ ਨੇ ਬੇਪਤਾਬ ਹੈ ਅੰਧ ਮਤ ਬੜਾ ਕਪਟ ਪ੍ਰਬੀਨੇ ਪਰ ਬੜੇ ਕਪਟੀ ਸਨ ਬੜੇ ਛਦੀ ਨਾਮੀ ਚੋਰ ਸਨ ਚੋਰੀ ਦਾ ਉਹਨਾਂ ਨੂੰ ਤਜਰਬਾ ਸੀਗਾ ਟੀਠ ਬੰਦੇ ਹੁੰਦੇ ਚੋਰ ਕੁੱਟ ਖਾ ਕੇ ਵੀ ਨਹੀਂ ਦੱਸਦੇ ਉਹਨਾਂ ਨੇ ਮੰਨਿਆ ਹੀ ਨਹੀਂ ਅਤੇ ਗੁਰੂ ਸਾਹਿਬ ਜੀ ਨੇ ਫਿਰ ਛੱਡ ਦਿੱਤੇ ਚਲੇ ਗਏ ਨਿਜ ਘਰਣ ਕੋ ਤਬ ਇੱਕ ਫਕੀਰਾ ਜਦੋਂ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਲਾਹੇ ਵਾਲੇ ਵੀ ਚਲੇ ਗਏ ਟੋਟੇ ਵਾਲੇ ਵੀ ਚਲੇ ਗਏ ਤਮਹਾਰਾਜ ਨੇ ਲਾਹੇ ਦਾ ਇੱਕ ਫਕੀਰ ਸਾਧ ਲਿਆ ਆਪੈਨ ਸਮੀਪ ਹਕਾਰ ਕੈ ਬੋਲੇ ਗੁਰ ਧੀਰਾ ਉਹ ਫਕੀਰ ਨੂੰ ਕੱਲੇ ਨੂੰ ਕਰਕੇ ਵੱਖਰਾ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਬੋਲੇ ਮੰਗਨ ਕੇ ਮਿਸ ਕਰ ਸਦਨ ਰੰਗ ਰਨ ਕੇ ਹੀਰੋ ਮਹਾਰਾਜ ਕਹਿੰਦੇ اے ਫਕੀਰ ਤੂੰ ਨਾ ਮੰਗਣ ਦੇ ਬਹਾਨੇ ਇਹਨਾਂ ਰੰਗਣਾ ਦੇ ਪਿੰਡ ਚਲਾ ਜਾ ਤੇ ਸਾਰੇ ਘਰਾਂ ਚ ਨਿਗਾਹ ਮਾਰ ਕੇ ਆ ਬਈ ਊਂਠ ਕਿੱਥੇ ਵੱਜੇ ਹਨ ਉਸਟਰ ਖੋਜੋ ਜਾਇ ਕਰ ਆਬੋ ਬਿਨ ਦੇਰੋ ਤੇ ਤੂੰ ਪਤਾ ਕਰਕੇ ਅਰੰਗੜਾ ਦੇ ਘਰ ਊਂਠਾਂ ਦੀ ਭਾਲ ਕਰ ਸਨ ਕਰ ਤੂਰਨ ਤਬ ਗਿਆ ਪਿੱਛੇ ਆ ਹਿਤ ਲੈਬੇ ਉਹ ਫਕੀਰ ਲੋਕ ਮੰਗਣ ਜਾਂਦੇ ਸੀਗੇ ਉਹ ਫਕੀਰ ਮੰਗਣ ਵਾਸਤੇ ਸਾਹ ਸੰਗਤ ਦੀ ਰੰਗੜਾਂ ਦੇ ਘਰਾਂ ਨੂੰ ਚੱਲ ਪਿਆ। ਪਤੇਸ਼ ਤੁਰ ਤੇ ਬਰਗयो ਜਗ ਖਰੇ ਦਿਖਾਵੇ। ਉਹ ਜਦੋਂ ਵੜਿਆ ਮੰਗਦਾ 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 ਉਸ ਘਰ ਵੀ ਪਹੁੰਚ ਗਿਆ ਜਿੱਥੇ ਬਾਜਾਂ ਵਾਲੇ ਕਲਗੀਆਂ ਵਾਲੇ ਪਾਦਸ਼ਾਹ ਦੇ ਦੋ ਊਂਠ ਚੋਰਾ ਨੇ ਬੰਨੇ ਹੋਏ ਸਨ। ਆਏ ਫਕੀਰ ਪਤਾਏ ਦੇ ਜਗ ਊਸ਼ਟ ਰਠਾਂਡੇ। ਉਹਨੇ ਆ ਕੇ ਕਲਗੀਧਰ ਪਾਦਸ਼ਾਹ ਨੂੰ ਦੱਸ ਦਿੱਤਾ ਮਹਾਰਾਜ ਟੋਟੇ ਪਿੰਡ ਦੇ ਵਿੱਚ ਟੋਟਾ ਦੇ ਮਹਾਰੇ ਨੇ ਬਾਅਦ ਚ ਬਣਾਇਆ। ਪਹਿਲਾਂ ਉਹ ਪਿੰਡ ਦਾ ਕੋਈ ਹੋਰ ਨਾ ਹੋਵੇਗਾ ਤੇ ਉੱਥੇ ਸਤਿਗੁਰੂ ਪਾਤਸ਼ਾਹ ਨੂੰ ਦੱਸਿਆ ਮਹਾਰਾਜ ਜੀ ਇੱਥੇ ਫਲਾਣੇ ਘਰ ਦੇ ਵਿੱਚ ਦੋ ਊਠ ਖੜੇ ਹਨ ਸਤਰ ਸਦਨ ਮਹਿ ਫਿਰ ਕਰੇ ਬਾਂਦੇ ਤਹ ਗਾਢੇ ਔਰ ਮਹਾਰਾਜ ਉਹਨਾਂ ਨੇ ਬੰਨੇ ਹੋਏ ਨੇ ਪੱਠੇ ਖਾ ਰਹੇ ਨੇ ਊਠ ਘੋਰ ਲੋਕ ਸੁਗ੍ਰਾਮ ਕੇ ਨਰ ਸਰਵਹ ਕਰੇ ਤੇ ਮਹਾਰਾਜ ਨੇ ਨਾ ਫਿਰ ਉਸ ਪਿੰਡ ਦੇ ਸਾਰੇ ਰੰਗੜ ਸਦਲੇ ਤਸਕਰ ਰੰਗਰ ਜਾਨਕੇ ਗੁਰਬਾਖ ਉਚਾਰੇ ਜਦੋਂ ਪੱਕਾ ਹੋ ਗਿਆ ਵੀ ਇਹ ਚੋਰ ਨੇ ਮਹਾਰਾਜ ਉਹਨਾਂ ਨੂੰ ਬੋਲੇ ਨਾਮ ਧਰੇ ਦੋਏ ਗ੍ਰਾਮ ਕੇ ਇੱਕ ਸ਼ੁਭ ਇੱਕ ਖੋਟਾ ਮਹਾਰਾਜ ਨੇ ਫਿਰ ਦੋਵਾਂ ਪਿੰਡਾਂ ਦੇ ਨਾਮ ਰੱਖ ਦਿੱਤੇ ਕੀ ਕਿਹਾ ਇੱਕ ਦਾ ਨਾਮ ਚੰਗਾ ਰੱਖਤਾ ਇੱਕ ਦਾ ਮਾੜਾ ਰੱਖਤਾ ਫਕਰਨ ਕੋਲਾ ਸਦਾ ਰੰਗਰਨ ਕੋ ਟੋਟਾ ਤੇ ਕੀ ਨਾਮ ਰੱਖੇ ਫਕਰਾਂ ਦੇ ਪਿੰਡ ਦਾ ਨਾਮ ਰੱਖਤਾ ਲਾਹਾ ਬੜਾ ਵੱਡਾ ਪਿੰਡ ਵਸਦਾ ਦਾਸ ਉੱਥੇ ਇੱਕ ਵਾਰੀ ਖੰਡ ਪਾਠ ਕਰਕੇ ਆ ਸਾਡੇ ਅੰਬਾਲੇ ਤੋਂ ਤਾਂ ਸਿਰਫ ਅੱਧਾ ਘੰਟਾ ਲੱਗਦਾ ਕੋਣ ਉਹ ਲਾਹਾ ਪਿੰਡ ਸੋ ਫਕਰਨ ਕੋ ਫਕਰਾਂ ਵਾਲਾ ਪਿੰਡ ਸੀ ਨਾ ਉਹਦਾ ਨਾਮ ਸੀ ਲਾਹਾ ਤੇ ਜਿਹੜਾ ਜਿਨ੍ਹਾਂ ਨੇ ਚੋਰੀ ਕੀਤੀ ਸੀ ਉਹਨਾਂ ਦਾ ਪਿੰਡ ਦਾ ਨਾਮ ਹੈ ਟੋਟਾ ਲਾਹਾ ਤਾਂ ਬੜਾ ਅਮੀਰ ਹੈ ਉੱਥੋਂ ਦੇ ਲੋਕ ਬਾਹਰ ਵੀ ਕੈਨੇਡਾ ਅਮਰੀਕਾ 'ਚ ਰਹਿੰਦੇ ਨੇ ਤੇ ਉਹ ਉਸ ਕਰਕੇ ਵੀ ਅਮੀਰ ਹੋਏ ਨੇ ਪਹਿਲਾਂ ਹੀ ਉਹਨਾਂ ਤੇ ਮਾਰੇ ਦੀ ਕਿਰਪਾ ਰਹੀ ਹੈ 300 ਸਾਲ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਆਏ ਨੇ ਉਦੋਂ ਫਕੀਰਾਂ ਦਾ ਪਿੰਡ ਸੀ ਗਰੀਬਾਂ ਦਾ ਮੰਗ ਕੇ ਖਾਂਦੇ ਸੀ ਅੱਜ ਰਾਜਿਆਂ ਦਾ ਪਿੰਡ ਹੈ ਜਿਹੜਾ ਰੰਗੜਾਂ ਦਾ ਪਿੰਡ ਸੀ ਰਾਜਪੂਤਾਂ ਦਾ ਉਹ ਬੜੇ ਤਣਾੜ ਸਨ ਅੱਜ ਉਹਦਾ ਨਾਮ ਹੈ ਟੋਟਾ ਉਥੇ ਕੁੱਲੀਆਂ ਹੀ ਨੇ ਸਾਧ ਸੰਗਤ ਜੀ ਖਾਣੂ ਰੋਟੀ ਨਹੀਂ ਲੱਭਦੀ ਉਸ ਪਿੰਡ 'ਚ ਪੀਣ ਨੂੰ ਪਾਣੀ ਨਹੀਂ ਲੱਭਦਾ ਜਾਉ ਤਰਤ ਹੀ ਆਨੀਏ ਨਤ ਕਰ ਲਟ ਜਾਹੇ ਮਹਾਰਾਜ ਨੇ ਦੋਹਾਂ ਪਿੰਡਾਂ ਦੇ ਨਾਂ ਰੱਖਤੇ ਫਕੀਰਾਂ ਦੇ ਪਿੰਡ ਦਾ ਨਾਮ ਲਾਹਾ ਵੀ ਤੁਸੀਂ ਲਾਹਾ ਖੱਟ ਲਿਆ ਲਾਭ ਖੱਟ ਲਿਆ ਤੇ ਦੂਜੇ ਪਾਸੇ ਬਚਨ ਕਰਦਾ ਤੁਸੀਂ ਟੋਟਾ ਲੈ ਲਿਆ ਤੁਸੀਂ ਚੋਰੀ ਕੀਤੀ ਗੁਰੂ ਘਰ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਓ ਅਜੇ ਵੀ ਉਹ ਸਾਡੇ ਊਂਠ ਲੈ ਆਉ ਬੰਦੇ ਬਣ ਕੇ ਕੋਟ ਨੇ ਤਸਕਰ ਤੁਮ ਸ컬 ਨਾ ਹਿਤ ਗਹਿ ਲਾ ਹੈ ਓਏ ਮੂਰਖੋ ਓ ਕਟਣੋ ਓਏ ਪਾਪੀਓ ਕਹਿੰਦੇ ਚੋਰੋ ਜੇਤ ਬੰਦੇ ਬਣ ਕੇ ਊਂਠ ਨਾ ਦਿੱਤੇ ਹੁਣ ਤਾਂ ਲੰਮਿਆਂ ਪਾ ਕੇ ਚਾਟਾ ਛਕਾਵਾਂਗੇ ਰੰਗਰ ਡਰਤਰ ਔਰ ਬਿਖੈ ਤਤ ਛਿਨ ਲੈ ਆਏ ਮਾਜਾ ਤਾਂ ਹੁਣ ਚੋਰੀ ਫੜੀ ਗਈ ਸਾਬਤ ਹੋ ਗਈ ਮਹਾਰਾ ਇਹਨੇ ਦਬਕਾ ਮਾਰਿਆ ਪੇ ਹੁਣ ਤੁਹਾਡੇ ਤੇ ਸਲੋਤਰ ਚ ਫਿਰੇਗਾ ਤੇ ਫੇਰ ਕਹਿੰਦੇ ਉਸੇ ਵੇਲੇ ਰੰਗੜ ਊਂਟ ਲੈ ਕੇ ਆ ਗਏ ਉਸ ਟਿਓਸੋਂ ਪੇ ਜੋਰ ਕਰ ਪਨ ਭੋਕੇ ਗਿਆਏ ਕਹਿੰਦੇ ਮਹਾਰਾਜ ਨੂੰ ਊਂਟ ਦੇ ਤੇ ਵਾਪਸ ਤੇ ਰੋਣ ਲੱਗ ਪਏ ਕ ਗਿਆਨ ਲੱਗ ਪਏ ਮਾਰੋ ਨਾ ਗੁਰੂ ਜੀ ਸਾਨੂੰ ਆ ਬਲੋ ਦੋ ਨੋਗਰਾਮ ਕੋ ਨਾਮ ਸੋਭਿਤਤਾਇਓ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਾ ਕੇ ਵੇਖ ਲਓ ਨਾਰੈਣਗੜ੍ਹ ਦੇ ਇਲਾਕੇ ਵਿੱਚ ਨਾਨ ਤੌਰਲੇ ਪਾਸੇ ਉਹ ਦੋਵਾਂ ਪਿੰਡਾਂ ਦਾ ਨਾਮ ਮਸ਼ਹੂਰ ਹੈ ਫਕਰਨ ਕੋ ਲਾਹਾ ਕਨੋ ਸਭ ਇਹਨ ਸੁਖ ਪਾਇਓ ਆਹ ਫਕਰਾਂ ਦੇ ਪਿੰਡ ਦਾ ਨਾਮ ਲਾਹਾ ਹੈ ਤੇ ਉਹਨਾਂ ਨੂੰ ਹੈ ਵੀ ਲਾਹਾ ਤੇ ਰੰਗੜਾ ਦਾ ਕੀ ਹੈ ਉਹ ਅਗਲੀ ਪੰਕਤੀ ਚ ਦੱਸਦੇ ਹਨ ਟੋਟਾ ਰੰਗੜਾ ਗ੍ਰਾਮ ਕੋ ਕਰ ਨਾਮ ਉਚਾਰੇ ਤੇ ਰੰਗੜਾ ਦੇ ਪਿੰਡ ਦਾ ਨਾਮ ਟੋਟਾ ਹੈ ਹੋਣ ਵੀ ਉਹਨੂੰ ਟੋਟਾ ਹੀ ਕਹਿੰਦੇ ਨੇ ਦਾਰਦ ਜਿਨਕੇ ਘਰ ਬਖੈ ਹੋਇ ਅਲਪ ਆਹਾਰ ਰੰਗਣਾ ਦੇ ਘਰਾਂ 'ਚ ਗਰੀਬੀ ਹੱਥ ਦਰਜੇ ਦੀ ਐ ਰੱਜਵੀਂ ਰੋਟੀ ਨਹੀਂ ਖਾ ਸਕਦੇ ਸਤਿਗੁਰ ਗੋਜਿ ਮੇ ਬਾਖ ਹੋਏ ਨਹੀਂ ਇਸ ਫਲ ਜਾਏ ਜਿਵੇਂ ਮਹਾਰਾਜ ਕਲਕੀਆਂ ਵਾਲੇ ਪਾਤਸ਼ਾਹ ਦੀ ਰਸਨਾ ਤੇ ਬਚਨ ਨਿਕਲਦੇ ਨੇ ਉਹ ਨਿਸਵਰ ਨਹੀਂ ਹੁੰਦੇ ਚਹੋ ਜੋ ਛੜਨ ਪਰ ਆਨੰਦ ਕੋ ਤਹਤੇ ਸੁਖदाई ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾਣ ਲੱਗੇ ਨੇ 12ਵੇਂ ਦਿਨ ਟੋਕਾ ਸਾਹਿਬ ਤੋਂ ਗੁਰਦੁਆਰੇ ਦਾ ਨਾਮ ਟੋਕਾ ਸਾਹਿਬ ਹੈ ਇੱਕ ਪਾਸੇ ਟੋਟਾ ਇੱਕ ਪਾਸੇ ਲਾਹਾ ਤੇ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਜਿੱਥੋਂ ਬਾਜਾ ਵਾਲੇ ਪਾਤਸ਼ਾਹ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾਣੇ ਆ ਰਸਤੇ 'ਚ ਪੜਾਉ ਪੜਾਈ ਕਿੱਥੇ ਕਿੱਥੇ ਚਰਨ ਪਾਣਗੇ ਉਹ ਕਥਾ ਆਪਾਂ ਸਰਵਣ ਕਰਾਂਗੇ ਸਮੇ ਦੇ لحاظ ਨਰ ਸਮਾਪਤੀ ਹੈ हे ਗੁਬਿੰਦ हे ਗੋਪਾਲ हे ਦਿਆਨ ਨਾਲ